ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੀ ਕਲਾਸ ਵਿੱਚ ਗੁਰ ਇਤਿਹਾਸ ਨਾਲ ਰਿਲੇਟਡ ਆਪਾਂ ਕੁਝ ਬੇਸਿਕ ਚੀਜ਼ਾਂ ਜਿਹੜੀਆਂ ਸੀ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ, ਉਹ ਆਪਸ ਵਿੱਚ ਸਾਂਝੀਆਂ ਕੀਤੀਆਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਆਪਾਂ ਗੁਰ ਇਤਿਹਾਸ ਨਾਲ ਸੰਬੰਧਿਤ ਕੁਝ ਮੇਨ ਮੇਨ ਗੱਲਾਂ ਜਿਹੜੀਆਂ ਸਨ ਉਹ ਸਾਂਝੀਆਂ ਕੀਤੀਆਂ ਸਨ। ਆਪਾਂ ਇੱਥੋਂ ਤੱਕ ਪਹੁੰਚੇ ਸੀ ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ, ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਬਖਸ਼ਿਸ਼ ਕੀਤਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪਣੇ ਚੌਥੇ ਗੁਰੂ ਨੇ। ਉਹਨਾਂ ਦੇ ਬਚਪਨ ਬਾਰੇ ਆਪਾਂ ਕੱਲ੍ਹ ਕੁਝ ਇਤਿਹਾਸ ਦੀਆਂ ਗੱਲਾਂ ਜਿਹੜੀਆਂ ਸਨ ਉਹ ਸ਼ੇਅਰ ਕੀਤੀਆਂ ਸਨ ਕਿ ਉਹਨਾਂ ਨੇ ਕਿਵੇਂ ਆਪਣੀ ਲਾਈਫ ਦੇ ਵਿੱਚ ਇੰਨਾ ਸਟਰਗਲ ਕਰਕੇ, ਇੰਨੀ ਮਿਹਨਤ ਕਰਕੇ ਉਹ ਇਸ ਮੁਕਾਮ ਤੱਕ, ਇਸ ਲੈਵਲ ਤੱਕ ਪਹੁੰਚੇ ਸਨ। ਗੁਰੂ ਸਾਹਿਬ ਜੀ ਨੇ ਆਪਣੇ ਬਾਰੇ ਬੜੀ ਨਿਮਰਤਾ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਜ਼ਿਕਰ ਕਰਦਿਆਂ ਹੋਇਆਂ ਆਪਣੀ ਬਾਣੀ 'ਚ ਕਿਹਾ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੂਕੇ ਸਭ ਸੋਗ ਸੰਤਾਪੇ। ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਪੰਕਤੀਆਂ ਵਿੱਚ ਫਰਮਾਉਂਦੇ ਨੇ ਕਿ ਮੇਰਾ ਜੀਵਨ ਕੀੜਿਆਂ ਦੀ ਨਿਆਈ ਹੈ, ਗੁਰੂ ਨੇ ਕਿਰਪਾ ਕਰਕੇ ਮੈਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਨਾਲ ਨਿਵਾਜ ਦਿੱਤਾ ਹੈ, ਮੇਰੇ ਉੱਤੇ ਬਹੁਤ ਵੱਡੀ ਕਿਰਪਾ ਕਰ ਦਿੱਤੀ ਹੈ। ਸੋ ਬੜੀ ਨਿਮਰਤਾ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਗੁਣ, ਗੁਰੂ ਦੀ ਵਡਿਆਈ, ਗੁਰੂ ਪਾਤਸ਼ਾਹ ਆਪਣੇ ਸਿੱਖ ਉੱਤੇ ਕੀ ਬਖਸ਼ਿਸ਼ਾਂ ਕਰਦੇ ਨੇ, ਇਹਨਾਂ ਚੀਜ਼ਾਂ ਦਾ ਜ਼ਿਕਰ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਥਾਈਂ ਕੀਤਾ ਹੋਇਆ। ਖੈਰ, ਚੌਥੇ ਪਾਤਸ਼ਾਹ ਜੀ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਕੁਝ ਗੱਲਾਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਆਪਾਂ ਹੋਰ ਵਿਚਾਰ ਲਈਏ ਵੀ ਗੁਰਤਾ ਗੱਦੀ ਉੱਤੇ ਬੈਠ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਦੇ ਹੁਕਮ ਦੇ ਨਾਲ ਉਹਨਾਂ ਨੇ ਇੱਕ ਨਗਰ ਵਸਾਇਆ, ਜਿਸ ਨਗਰ ਦਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ, ਜਿਹਨੂੰ ਆਪਾਂ ਅੱਜ ਅੰਮ੍ਰਿਤਸਰ ਆਖਦੇ ਹਾਂ। ਇਸ ਨਗਰ ਨੂੰ ਜਦੋਂ ਗੁਰੂ ਸਾਹਿਬ ਨੇ ਵਸਾਇਆ ਸੀ, ਇਹਦੀ ਨੀਂਹ ਰੱਖੀ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ, ਪਰ ਇਸ ਨੂੰ ਬਣਾਉਣ ਦੀ, ਵਸਾਉਣ ਦੀ ਸਾਰੀ ਜ਼ਿੰਮੇਵਾਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਪ੍ਰਾਪਤ ਹੋਈ। ਤੋ ਉਹਨਾਂ ਨੇ ਇਹ ਕਾਰਜ ਜਿਹੜਾ ਸੀ ਆਪਣੇ ਗੁਰਤਾ ਗੱਦੀ 'ਤੇ ਬੈਠਣ ਤੋਂ ਪਹਿਲਾਂ ਹੀ ਆਰੰਭ ਕਰ ਦਿੱਤਾ ਸੀ ਇੱਕ ਸਿੱਖ ਦੇ ਰੂਪ ਵਿੱਚ। ਫਿਰ ਜਿਸ ਵੇਲੇ ਉਹ ਗੁਰਤਾ ਗੱਦੀ 'ਤੇ ਬਿਰਾਜੇ ਅਤੇ ਉਹ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਗਏ, ਯਾਨੀ ਕਿ ਗੁਰੂ ਕਾ ਚੱਕ, ਫਿਰ ਸਮਾਂ ਪਾ ਕੇ ਇਸ ਨਗਰ ਦਾ ਨਾਂ ਅੰਮ੍ਰਿਤਸਰ ਬਣ ਗਿਆ। ਹੁਣ ਇੱਥੇ ਆ ਕੇ ਗੁਰੂ ਸਾਹਿਬ ਜੀ ਨੇ ਕੀ ਕੀਤਾ, ਵੱਖ ਵੱਖ ਕਿੱਤਿਆਂ ਨਾਲ ਸੰਬੰਧ ਰੱਖਣ ਵਾਲੇ, ਵੱਖ ਵੱਖ ਸ਼ਹਿਰਾਂ ਵਿੱਚ, ਪਿੰਡਾਂ 'ਚ ਰਹਿਣ ਵਾਲੇ ਜਿਹੜੇ ਉਹਨਾਂ ਦੇ ਜਾਣਕਾਰ ਸਨ, ਉਹਨਾਂ ਨੂੰ ਲਿਆ ਕੇ ਇਸ ਨਗਰ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣੇ ਜੀਵਨ ਵਿੱਚ ਇੱਕ ਹੋਰ ਸਿਸਟਮ ਸ਼ੁਰੂ ਕੀਤਾ, ਇੱਕ ਫੰਡ ਕਾਇਮ ਕੀਤਾ। ਠੀਕ ਹੈ ਨਾ, ਜਿਵੇਂ ਅਸੀਂ ਕੋਈ ਔਰਗੇਨਾਈਜੇਸ਼ਨ ਬਣਾਈ ਹੋਵੇ, ਉਹਦੇ 'ਚ ਅਸੀਂ ਇੱਕ ਫੰਡ ਕਾਇਮ ਕਰਦੇ ਹਾਂ ਵੀ ਇਹਦੇ ਵਿੱਚ ਆਪਾਂ ਫੰਡ ਇਕੱਠਾ ਕਰਾਂਗੇ ਅਤੇ ਉਹਨੂੰ ਉੱਥੇ ਯੂਜ ਕਰਾਂਗੇ ਜਿੱਥੇ ਸਾਨੂੰ ਲੋੜ ਹੋਏਗੀ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਸਵੰਧ ਕੱਢਣ ਦਾ ਹੁਕਮ ਕੀਤਾ। ਦਸਵੰਧ ਮਤਲਬ ਸਮਝਦੇ ਹੋ, ਦਸਵਾਂ ਹਿੱਸਾ, ਵੀ ਜਿਹੜਾ ਵੀ ਸਿੱਖ ਜਿਹੜੀ ਵੀ ਕਿਰਤ ਕਰਦਾ ਹੈ ਔਰ ਜਿੰਨਾ ਉਹਨੂੰ ਪ੍ਰੋਫਿਟ ਹੁੰਦਾ, ਉਸ ਪ੍ਰੋਫਿਟ ਦੇ ਵਿੱਚੋਂ ਦਸਵਾਂ ਹਿੱਸਾ ਉਹ ਮਨੁੱਖਤਾ ਦੇ ਭਲੇ ਵਾਸਤੇ ਕੱਢ ਲਵੇ, ਸਾਈਡ 'ਤੇ ਕਰ ਲਵੇ। ਫਿਰ ਉਹ ਜਿਹੜਾ ਦਸਵਾਂ ਹਿੱਸਾ ਆਪਣੀ ਕਮਾਈ ਦਾ ਉਹ ਕੱਢਦਾ ਹੈ ਧਰਮ ਦੀ ਕਿਰਤ ਦਾ, ਉਹਨੂੰ ਉਹ ਗੁਰੂ ਦਰਬਾਰ ਵਿੱਚ ਭੇਜੇ। ਠੀਕ ਹੈ ਜੀ, ਉਹਨੂੰ ਦਸਵੰਧ ਕਿਹਾ ਜਾਂਦਾ ਸੀ। ਹੁਣ ਗੁਰੂ ਸਾਹਿਬ ਉਸ ਦਸਵੰਧ ਦੀ ਵਰਤੋਂ ਕਿੱਥੇ ਕਰਦੇ ਸਨ? ਜਿਵੇਂ ਕੋਈ ਬਹੁਤ ਗਰੀਬ ਆ, ਆਪਣਾ ਕੰਮ ਨਹੀਂ ਚਲਾ ਸਕਦਾ, ਉਹਨੂੰ ਰੁਜ਼ਗਾਰ
ਉਹਨੂੰ ਆਪਣਾ ਕੰਮ ਸ਼ੁਰੂ ਕਰਨ ਵਾਸਤੇ ਉਹਦੀ ਹੈਲਪ ਕਰਦੇ ਸਨ। ਕੋਈ ਬਿਮਾਰ ਆ ਗਿਆ, ਉਹਦਾ ਇਲਾਜ ਨਹੀਂ ਸੀ ਹੁੰਦਾ, ਉਹਨਾਂ ਟਾਈਮਾਂ 'ਚ ਜਿੰਨੇ ਕੁ ਇਲਾਜ ਸੀ ਗੁਰੂ ਸਾਹਿਬ ਉਹਦੀ ਹੈਲਪ ਕਰਦੇ ਸਨ। ਭੁੱਖਿਆਂ ਨੂੰ ਲੰਗਰ ਦੇਣ ਵਾਸਤੇ, ਕਿਸੇ ਜਗ੍ਹਾ 'ਤੇ ਕੋਈ ਹੋਰ ਪ੍ਰੋਬਲਮ ਨੈਚੁਰਲ ਪ੍ਰੋਬਲਮ ਆ ਪਈ ਉੱਥੇ, ਯਾਨੀ ਕਿ ਉਸ ਦਸਵੰਧ ਦਾ, ਉਸ ਫੰਡ ਦਾ ਇਸਤੇਮਾਲ, ਉਹਦੀ ਜਿਹੜੀ ਵਰਤੋਂ ਸੀ ਉਹਨੂੰ ਯੂਜ਼ ਕੀਤਾ ਜਾਂਦਾ ਸੀ ਲੋਕਾਂ ਦੇ ਭਲੇ ਵਾਸਤੇ। ਇਹ ਇੱਕ ਬੜੀ ਵੱਡੀ ਗੱਲ ਸੀ ਕਿ ਜਿਨ੍ਹਾਂ ਲੋਕਾਂ ਨੂੰ, ਲੋੜਵੰਦਾਂ ਨੂੰ, ਦੁਖੀਆਂ ਨੂੰ ਕੋਈ ਪੁੱਛਦਾ ਨਹੀਂ ਸੀ, ਉਹਨਾਂ ਦੀ ਕੋਈ ਹੈਲਪ ਨਹੀਂ ਸੀ ਕਰਦਾ, ਉਹਨਾਂ ਦੀ ਹੈਲਪ ਗੁਰੂ ਸਾਹਿਬ ਆਪਣੇ ਵੱਲੋਂ ਕਰਿਆ ਕਰਦੇ ਸਨ। ਅਤੇ ਉਹ ਸਾਰੀ ਹੈਲਪ ਉਸ ਫੰਡ ਵਿੱਚੋਂ ਹੁੰਦੀ ਸੀ ਜਿਹੜਾ ਦਸਵੰਧ ਦੇ ਰੂਪ ਵਿੱਚ ਸਿੱਖਾਂ ਦਾ ਫੰਡ ਆਉਂਦਾ ਸੀ। ਸੋ ਇਹ ਦਸਵੰਧ ਦੀ ਪ੍ਰਥਾ ਜਿਹੜੀ ਆ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਸ਼ੁਰੂ ਕਰਵਾਈ। ਇੱਕ ਉਹਨਾਂ ਨੇ ਹੋਰ ਚੀਜ਼ ਸ਼ੁਰੂ ਕੀਤੀ। ਕੱਲ੍ਹ ਆਪਾਂ ਤੀਸਰੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਿਆ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਅਤੇ 52 ਪੀੜੇ, ਯਾਨੀ ਕਿ 22 ਸੈਂਟਰ ਅਤੇ 52 42 ਸਬ ਸੈਂਟਰ ਪ੍ਰਚਾਰ ਵਾਸਤੇ ਜਗ੍ਹਾ ਜਗ੍ਹਾ 'ਤੇ ਕਾਇਮ ਕੀਤੇ। ਔਰ ਤੁਸੀਂ ਹੈਰਾਨ ਹੋਵੋਗੇ, ਉਹ ਜਿਹੜੇ ਸੈਂਟਰ ਕਾਇਮ ਕੀਤੇ ਉਹਨਾਂ ਨੇ ਪ੍ਰਚਾਰ ਵਾਸਤੇ, ਉਹਨਾਂ ਵਿੱਚ ਉਹਨਾਂ ਨੇ ਬੀਬੀਆਂ ਨੂੰ ਵੀ ਪ੍ਰਚਾਰਕ ਦੇ ਰੂਪ ਵਿੱਚ ਥਾਪਿਆ, ਉਹਨਾਂ ਨੂੰ ਵੀ ਜ਼ਿੰਮੇਵਾਰੀ ਪ੍ਰਚਾਰ ਕਰਨ ਦੀ ਦਿੱਤੀ। ਗੁਰੂ ਰਾਮਦਾਸ ਸਾਹਿਬ ਜੀ ਨੇ ਇਸੇ ਹੀ ਚੀਜ਼ ਦਾ ਵਿਸਥਾਰ ਕਰਦਿਆਂ, ਇਹਨੂੰ ਹੋਰ ਜ਼ਿਆਦਾ ਅੱਗੇ ਵਧਾਉਂਦਿਆਂ ਇੱਕ ਪ੍ਰਥਾ ਸ਼ੁਰੂ ਕੀਤੀ, ਉਹਨੂੰ ਕਹਿੰਦੇ ਨੇ ਮਸੰਦ ਪ੍ਰਥਾ। ਮਸੰਦ ਸ਼ਬਦ ਦਾ ਮਤਲਬ ਹੁੰਦਾ ਵਾ ਉੱਚੀ ਜਗ੍ਹਾ 'ਤੇ ਬੈਠ ਕੇ ਲੋਕਾਂ ਨੂੰ ਉਪਦੇਸ਼ ਕਰਨ ਵਾਲਾ, ਲੋਕਾਂ ਨੂੰ ਸਿੱਖਿਆ ਦੇਣ ਵਾਲਾ। ਮਸੰਦ ਗੁਰੂ ਦਰਬਾਰ ਵੱਲੋਂ ਇੱਕ ਅਥੈਂਟਿਕ ਵਿਅਕਤੀ ਹੁੰਦਾ ਸੀ, ਇੱਕ ਐਸੀ ਪਰਸਨੈਲਿਟੀ ਜਿਹਨੂੰ ਗੁਰੂ ਸਾਹਿਬ ਚੁਣਦੇ ਸਨ, ਉਹਨੂੰ ਕਿਸੇ ਇਲਾਕੇ ਵਿੱਚ ਭੇਜਦੇ ਸਨ। ਉਹਦੀ ਜੌਬ ਕੀ ਸੀ? ਉਹਦਾ ਕੰਮ ਸੀ ਵੀ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਉਹਨਾਂ ਸਾਰਿਆਂ ਦੇ ਵਿੱਚ ਉਸਨੇ ਤਾਲਮੇਲ ਰੱਖਣਾ, ਰਿਲੇਸ਼ਨ ਰੱਖਣਾ। ਕਿਸੇ ਦੀ, ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਉਹਨੇ ਉੱਥੇ ਪਹੁੰਚ ਕੇ ਉਹਨੂੰ ਹੱਲ ਕਰਨ ਵਾਸਤੇ ਕੋਸ਼ਿਸ਼ ਕਰਨੀ, ਗੁਰਬਾਣੀ ਦਾ ਪ੍ਰਚਾਰ ਕਰਨਾ। ਇਸ ਤੋਂ ਇਲਾਵਾ ਜੇ ਸਿੱਖਾਂ ਦੇ ਵਿੱਚ ਕੋਈ ਆਪਸੀ ਮਸਲਾ ਪੈਣ ਗਿਆ, ਕੋਈ ਲੜਾਈ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਪ੍ਰੋਬਲਮ ਹਰ ਜਗ੍ਹਾ 'ਤੇ ਇਸ ਤਰ੍ਹਾਂ ਦੀ ਕ੍ਰੀਏਟ, ਕੋਈ ਕਲੈਸ਼ ਹੋ ਜਾਂਦਾ, ਤਾਂ ਉਸ ਪ੍ਰੋਬਲਮ ਨੂੰ ਉਹਨੇ ਸੋਲਵ ਕਰਨਾ। ਗੁਰੂ ਪਾਤਸ਼ਾਹ ਵੱਲੋਂ ਕੋਈ ਨਵਾਂ ਆਰਡਰ, ਕੋਈ ਹੁਕਮ ਸਿੱਖਾਂ ਵਾਸਤੇ ਜਾਂਦਾ, ਉਹ ਸਿੱਧਾ ਮਸੰਦ ਨੂੰ ਜਾਂਦਾ ਸੀ। ਮਸੰਦ ਗੁਰੂ ਸਾਹਿਬ ਦਾ ਉਹ ਹੁਕਮ ਅਤੇ ਉਹ ਆਰਡਰ ਅੱਗੇ ਸੰਗਤਾਂ ਨੂੰ ਦੱਸਦਾ ਸੀ, ਉਹ ਮੈਸੇਜ ਕਨਵੇ ਕਰਦਾ ਸੀ ਅੱਗੇ, ਕਿਉਂਕਿ ਸਾਰੇ ਲੋਕਾਂ ਤੱਕ ਗੁਰੂ ਸਾਹਿਬ ਆਪ ਮੈਸੇਜ ਨਹੀਂ ਸੀ ਪਹੁੰਚਾ ਸਕਦੇ। ਉਹ ਫਿਰ ਸਿੱਧਾ ਮਸੰਦ ਨੂੰ ਮੈਸੇਜ ਭੇਜਦੇ, ਚਿੱਠੀ ਭੇਜਦੇ ਜਾਂ ਸੁਨੇਹਾ ਭੇਜਦੇ, ਉਹ ਮੈਸੇਜ ਮਸੰਦ ਇਕੱਲੇ ਇਕੱਲੇ ਆਪਣੇ ਇਲਾਕੇ ਦੇ ਸਿੱਖ ਤੱਕ ਪਹੁੰਚਾ ਦਿੰਦਾ, ਯਾਨੀ ਕਿ ਇੱਕ ਨੈੱਟਵਰਕ ਸੀ। ਇਹ ਸਾਰਾ ਸੰਗਤਾਂ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਜਿਹੜਾ ਤਾਲਮੇਲ ਸੀ ਉਹ ਮਸੰਦ ਦੇ ਰਾਹੀਂ ਹੁੰਦਾ ਸੀ। ਇਸ ਤੋਂ ਇਲਾਵਾ ਦਸਵੰਧ ਦੀ ਮਾਇਆ ਇਕੱਠੀ ਕਰਕੇ ਸਾਰੇ ਸਿੱਖਾਂ ਕੋਲੋਂ, ਜਿਹੜੇ ਸਿੱਖ ਆਪਣਾ ਦਸਵੰਧ ਕੱਢਦੇ ਸੀ ਉਹ ਆਪਣਾ ਪੈਸਾ ਮਸੰਦ ਨੂੰ ਲਿਆ ਕੇ ਦੇ ਦਿੰਦੇ ਸੀ। 6 ਮਹੀਨੇ ਬਾਅਦ ਜਾਂ ਸਾਲ ਬਾਅਦ ਉਹ ਮਸੰਦ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਦੇ ਕੋਲ ਗੁਰੂ ਦਰਬਾਰ 'ਚ ਆਉਂਦਾ ਸੀ ਅਤੇ ਉਹ ਸਾਰੀ ਮਾਇਆ ਗੁਰੂ ਸਾਹਿਬ ਜੀ ਨੂੰ ਆ ਕੇ ਜਮ੍ਹਾਂ ਕਰਵਾ ਦਿੰਦਾ ਸੀ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਪ੍ਰਥਾ ਨੂੰ ਸ਼ੁਰੂ ਕੀਤਾ, ਬੜੇ ਉੱਚੇ ਜੀਵਨ ਵਾਲੇ, ਬੜੇ ਉੱਚੇ ਕਰੈਕਟਰ ਵਾਲੇ ਸਿੱਖ ਜਿਹੜੇ ਸਨ ਉਹ ਇਹਨਾਂ ਪਦਵੀਆਂ 'ਤੇ ਲਾਏ ਗਏ। ਉਹਨਾਂ ਨੇ ਬਹੁਤ ਪ੍ਰਚਾਰ ਕੀਤਾ, ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਗੁਰਮਤ ਨਾਲ ਜੋੜਿਆ, ਸਿੱਖੀ ਦਾ ਬੜਾ ਫੈਲਾਓ ਕੀਤਾ, ਵਿਸਥਾਰ ਕੀਤਾ। ਔਰ ਇੰਨਾ ਉਹਨਾਂ ਨੇ ਵਰਕ ਕੀਤਾ ਵੀ ਉਹਦੇ ਬਹੁਤ ਸਾਰੇ ਪੋਜ਼ਿਟਿਵ ਜਿਹੜੇ ਰਿਜ਼ਲਟ ਸੀ ਉਹਦੇ ਵਿੱਚੋਂ ਨਿਕਲੇ। ਇਹ ਪ੍ਰਥਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਚੱਲਦੀ ਰਹੀ ਇਸੇ ਤਰੀਕੇ ਨਾਲ। ਉਹਦਾ ਆਪਾਂ ਅੱਗੇ ਜ਼ਿਕਰ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਪ੍ਰਥਾ ਨੂੰ ਬੰਦ ਕਿਉਂ ਕਰ ਦਿੱਤਾ। ਚੌਥੇ ਪਾਤਸ਼ਾਹ ਨੇ ਜਿਹੜੀ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਨੂੰ ਬਾਅਦ ਵਿੱਚ ਆਪਣੇ ਟਾਈਮ 'ਤੇ ਜਾ ਕੇ ਬੰਦ ਕਰ ਦਿੱਤਾ। ਉਹਦੇ ਕੁਝ ਰੀਜਨ ਸੀਗੇ, ਕੁਝ ਕਾਰਨ ਸੀਗੇ। ਇੱਕ ਨਵਾਂ ਢਾਂਚਾ ਗੁਰੂ ਸਾਹਿਬ ਨੇ ਪੈਦਾ ਕਰ ਲਿਆ ਸੀ, ਉੱਥੇ ਹੁਣ ਮਸੰਦ ਪ੍ਰਥਾ ਦੀ ਲੋੜ ਨਹੀਂ ਰਹੀ ਸੀ। ਤੋ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ, ਧਿਆਨ ਦਿਓ ਇੱਥੇ, ਕਈ ਵਾਰ ਸਾਡੇ ਮਨ 'ਚ ਆਉਂਦਾ ਨਾ
कि जदों गुरु साहब ने मसंद प्रथा शुरू की कि गुरु साहब नूं पता नहीं सीगा भी ये बंदे समा पा के हौली 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 इन्हां दे विच गलत बंदे आ सकदे आ, ये प्रॉब्लम क्रिएट कर सकदे आ। गुरु साहब तां बड़े सियाणे सी, बड़े दूर अंदेश सीगे, ਇਹ ਉਵੇਂ ਦੀ ਗੱਲ ਗੁਰੂ ਸਾਹਿਬ ਜਾਣਦੇ ਸੀ, ਪਰ ਉਸ ਟਾਈਮ ਦੇ ਉੱਤੇ ਮਸੰਦ ਪ੍ਰਥਾ ਹੀ ਸਭ ਤੋਂ ਬਿਹਤਰ, ਸਭ ਤੋਂ ਵਧੀਆ ਤਰੀਕਾ ਸੀ ਲੋਕਾਂ ਦੇ ਵਿੱਚ ਆਪਣਾ ਨੈੱਟਵਰਕ ਪੈਦਾ ਕਰਨ ਦਾ, ਲੋਕਾਂ ਤੱਕ ਪਹੁੰਚਣ ਦਾ, ਸਿੱਖੀ ਨੂੰ ਗੁਰਮਤ ਨੂੰ ਪ੍ਰਚਾਰਨ ਦਾ। ਤਾਂ ਉਹਦੇ ਬਹੁਤ ਸਾਰੇ ਪੋਜ਼ਿਟਿਵ ਰਿਜ਼ਲਟ ਵੀ ਨਿਕਲੇ। ਖੈਰ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ ਜਿਹੜੇ ਪਹਿਲੇ ਲੋਕ ਜਿਵੇਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਕੁਝ ਲੋਕ ਗੁਰੂ ਸਾਹਿਬ ਦੇ ਵਿਰੋਧੀ ਵੀ ਬਣ ਗਏ ਸਨ, ਗੁਰੂ ਸਾਹਿਬ ਦੇ ਨੇਕ ਕੰਮਾਂ ਨੂੰ ਨਫ਼ਰਤ ਕਰਦੇ ਸਨ, ਉਹਨਾਂ ਵਿੱਚੋਂ ਕੁਝ ਲੋਕ ਗੁਰੂ ਸਾਹਿਬ ਜੀ ਦੇ ਪਰਿਵਾਰਾਂ ਨਾਲ ਵੀ ਸੰਬੰਧਿਤ ਸਨ। ਚੌਥੇ ਪਾਤਸ਼ਾਹ ਮਹਾਰਾਜ ਨੇ ਪ੍ਰੇਰਨਾ ਕਰਕੇ ਉਹਨਾਂ ਦੀ ਸਕੂਲਿੰਗ ਕੀਤੀ ਔਰ ਉਹਨਾਂ ਬੰਦਿਆਂ ਨੂੰ ਵਾਪਸ ਸਿੱਖੀ ਵਿੱਚ ਲਿਆਂਦਾ, ਐਸਾ ਜ਼ਿਕਰ ਵੀ ਸਾਨੂੰ ਇਤਿਹਾਸ ਵਿੱਚ ਮਿਲਦਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਸਨ, ਪਹਿਲੇ ਸਨ ਬਾਬਾ ਪਿਰਥੀ ਚੰਦ, ਦੂਸਰੇ ਸਨ ਬਾਬਾ ਮਹਾਦੇਵ ਅਤੇ ਤੀਸਰੇ ਸਨ ਬਾਬਾ ਅਰਜਨ ਸਾਹਿਬ ਜੀ, ਜਿਨ੍ਹਾਂ ਨੂੰ ਆਪਾਂ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਨਾਲ ਜਾਣਦੇ ਹਾਂ। ਇਹਨਾਂ ਤਿੰਨਾਂ ਹੀ ਸਪੁੱਤਰਾਂ ਦੇ ਵਿੱਚੋਂ ਸਭ ਤੋਂ ਵੱਧ ਆਗਿਆਕਾਰੀ, ਸਭ ਤੋਂ ਵੱਧ ਯੋਗ ਅਤੇ ਲਾਇਕ, ਸਭ ਤੋਂ ਵੱਧ ਡਿਵੈਲਪ ਪਰਸਨੈਲਿਟੀ ਵਾਲੇ ਬਾਬਾ ਅਰਜਨ ਸਾਹਿਬ ਸਨ। ਸੋ ਗੁਰੂ ਸਾਹਿਬ, ਗੁਰੂ ਰਾਮਦਾਸ ਮਹਾਰਾਜ ਜੀ ਨੇ ਸਮੇਂ ਸਮੇਂ ਦੇ ਉੱਤੇ ਆਪਣੇ ਪੁੱਤਰਾਂ ਨੂੰ, ਆਪਣੇ ਸਿੱਖਾਂ ਨੂੰ ਬੜਾ ਨੇੜਿਓਂ ਹੋ ਕੇ ਵੇਖਿਆ ਔਰ ਉਹਨਾਂ ਨੇ ਜੋ ਰਿਜ਼ਲਟ ਕੱਢਿਆ ਉਹ ਇਹ ਸੀ ਕਿ ਇਸ ਪਦਵੀ 'ਤੇ ਜੇ ਮੈਨੂੰ ਕੱਲ੍ਹ ਨੂੰ ਕਿਸੇ ਨੂੰ ਸਿਲੈਕਟ ਕਰਨਾ ਪਵੇ ਤਾਂ ਮੇਰੀ ਸਿਲੈਕਸ਼ਨ ਜਿਹੜੀ ਆ ਉਹਦੇ ਵਿੱਚ ਕੋਈ ਕਮੀ ਨਾ ਰਹਿ ਜਾਏ। ਜਿਹੋ ਜਿਹਾ ਉੱਤਰਾਧਿਕਾਰੀ ਸਾਨੂੰ ਚਾਹੀਦਾ ਉਹ ਬਾਬਾ ਅਰਜਨ ਸਾਹਿਬ ਜੀ ਹੋਣਗੇ। ਸੋ ਸਮਾਂ ਵੀ ਆਇਆ, ਬਾਬਾ ਅਰਜਨ ਸਾਹਿਬ ਜੀ ਨੂੰ ਉਹਨਾਂ ਨੇ ਆਪਣੀ ਜਗ੍ਹਾ 'ਤੇ ਚੁਣਿਆ ਅਤੇ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਨਾਲ ਸਾਰੇ ਸਿੱਖ ਯਾਦ ਕਰਦੇ ਹਨ, ਯਾਨੀ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ। ਹੁਣ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀਆਂ ਆਪਾਂ ਬਹੁਤ ਹੀ ਜ਼ਰੂਰੀ ਜਿਹੜੀਆਂ ਚੀਜ਼ਾਂ ਜੋ ਉਹਨਾਂ ਨੇ ਦੇਣ ਸਾਰੇ ਸੰਸਾਰ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਦਿੱਤੀ ਆ, ਅੰਮ੍ਰਿਤਸਰ ਦਾ ਨਗਰ ਗੁਰੂ ਸਾਹਿਬ ਨੇ ਵਸਾਇਆ, ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜਾ ਦਰਬਾਰ ਸਾਹਿਬ ਬਣਾਇਆ, ਇਹ ਪਲੈਨਿੰਗ ਗੁਰੂ ਅਰਜਨ ਸਾਹਿਬ ਜੀ ਦੀ ਹੈ, ਇਹਨੂੰ ਇੰਪਲੀਮੈਂਟ ਵੀ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ। ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੱਕ ਆ ਕੇ ਸਿੱਖ ਇੱਕ ਬਹੁਤ ਔਰਗੇਨਾਈਜ਼ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਆ ਚੁੱਕੇ ਸਨ, ਵੀ ਸਿੱਖ ਇੱਕ ਔਰਗੇਨਾਈਜ਼ ਹੋ ਚੁੱਕੇ ਸਨ। ਅਤੇ ਹੁਣ ਜਦੋਂ ਸਿੱਖ ਔਰਗੇਨਾਈਜ਼ ਹੋ ਗਏ ਸੀ, ਜਥੇਬੰਦਕ ਢਾਂਚੇ 'ਚ ਬੱਝ ਗਏ ਸੀ, ਉਹਨਾਂ ਦਾ ਆਪਣਾ ਫੰਡ ਸੀ, ਗੁਰੂ ਸਾਹਿਬ ਜੀ ਦਾ ਆਪਣਾ ਲੋਕਾਂ ਤੱਕ ਨੈੱਟਵਰਕ ਸੀ, ਮਸੰਦਾਂ ਦੇ ਰਾਹੀਂ ਉਹਨਾਂ ਦਾ ਮੈਸੇਜ ਹਰ ਬੰਦੇ ਤੱਕ ਪਹੁੰਚ ਰਿਹਾ ਸੀ, ਉਹ ਆਪਣੀਆਂ ਰਸਮਾਂ ਰੀਤਾਂ ਬਾਕੀਆਂ ਨਾਲੋਂ ਵੱਖਰੇ ਢੰਗ ਨਾਲ ਕਰਦੇ ਸਨ, ਉਹਨਾਂ ਦੀਆਂ ਸੰਗਤਾਂ ਵੱਖਰੀਆਂ ਸਨ, ਉਹਨਾਂ ਦੀਆਂ ਧਰਮਸ਼ਾਲਾਵਾਂ ਵੱਖਰੀਆਂ ਸਨ, ਉਹ ਕਿਸੇ ਮੰਦਰ ਜਾਂ ਮਸਜਿਦ ਜਾਂ ਮੱਠ 'ਚ ਨਹੀਂ ਸੀ ਜਾਂਦੇ, ਉਹਨਾਂ ਨੂੰ ਕਿਸੇ ਪੰਡਿਤ ਕੋਲੋਂ, ਕਾਜ਼ੀ ਕੋਲੋਂ ਉਪਦੇਸ਼ ਨਹੀਂ ਸੀ ਸੁਣਨਾ ਪੈਂਦਾ, ਉਹ ਮਸੰਦ ਉਹਨਾਂ ਨੂੰ ਉੱਥੇ ਉਪਦੇਸ਼ ਸੁਣਾਉਂਦੇ ਸਨ, ਗੁਰੂ ਸਾਹਿਬ ਦਾ ਸੁਨੇਹਾ ਦਿੰਦੇ ਸਨ, ਯਾਨੀ ਕਿ ਟੋਟਲੀ ਉਹ ਔਰਗੇਨਾਈਜ਼ ਹੋ ਚੁੱਕੇ ਸਨ। ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਕੀਤਾ ਵੀ ਇਹਨਾਂ ਨੂੰ ਇੱਕ ਕੇਂਦਰੀ ਧਰਮ ਅਸਥਾਨ ਵੀ ਦੇਣਾ ਚਾਹੀਦਾ ਹੈ। ਉਹ ਗੁਰੂ ਸਾਹਿਬ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਜਿਹੜੀ ਆ ਅੰਮ੍ਰਿਤਸਰ ਵਿਖੇ ਕਰਵਾਈ। ਦੂਜਾ ਕੰਮ ਗੁਰੂ ਸਾਹਿਬ ਜੀ ਨੇ ਕੀ ਕੀਤਾ ਵੀ ਗੁਰੂ ਸਾਹਿਬ ਜਾਣਦੇ ਸਨ ਵੀ ਜਿੰਨਾ ਚਿਰ ਕੋਈ ਕੌਮ, ਕੋਈ ਸਮਾਜ ਬਿਜ਼ਨਸ ਨਹੀਂ ਕਰਦਾ, ਯਾਨੀ ਕਿ ਆਰਥਿਕ ਤੌਰ 'ਤੇ ਇਕਨੋਮਿਕਲੀ ਸਟਰੋਂਗ ਨਹੀਂ ਹੁੰਦਾ, ਉਹਨਾਂ ਚਿਰ ਉਹ ਅੱਗੇ ਨਹੀਂ ਵੱਧ ਸਕਦਾ। ਉਹਨਾਂ ਨੇ ਆਪਣੇ ਸਿੱਖਾਂ ਨੂੰ ਬਿਜ਼ਨਸ ਕਰਨ ਵਾਲੇ ਪਾਸੇ ਪ੍ਰੇਰਿਆ ਕਿ ਤੁਸੀਂ ਚੰਗੇ ਬਿਜ਼ਨਸਮੈਨ ਬਣੋ। ਹੁਣ ਇੱਕ ਬਿਜ਼ਨਸਮੈਨ ਜਿਹੜਾ ਵਾ ਨਾ, ਉਹ ਤੁਸੀਂ ਵੇਖੋ ਉਹ ਇਕਨੋਮਿਕਲੀ ਆਪ ਸਟਰੋਂਗ ਹੁੰਦਾ, ਕਿੰਨੇ ਲੋਕਾਂ ਨੂੰ ਉਹ ਹੋਰ ਜੌਬ ਦੇ ਸਕਦਾ, ਇਸ ਤਰ੍ਹਾਂ ਹੀ ਹੈ ਨਾ।
ਹੁਣ ਮੰਨ ਲਓ ਜੇ ਮੈਂ ਮਜ਼ਦੂਰੀ ਕਰਦਾ ਮੈਂ ਕਿਸੇ ਨੂੰ ਜੌਬ ਤੇ ਨਹੀਂ ਨਾ ਦੇ ਸਕਦਾ, ਤੇ ਜੇ ਮੈਂ ਬਿਜ਼ਨਸਮੈਨ ਹੋਵਾਂ ਮੇਰੇ ਕੋਲ ਪੈਸਾ ਹੋਵੇ ਮੇਰਾ ਆਪਣਾ ਕੰਮ ਚੱਲਦਾ ਹੋਵੇ ਤੇ ਮੈਂ ਕਿੰਨੇ ਸੈਂਕੜੇ ਲੋਕਾਂ ਨੂੰ ਅੱਗੇ ਜੌਬ ਦੇ ਸਕਦਾ। ਇਹਦੇ ਨਾਲ ਕੀ ਹੁੰਦਾ ਵਾ, ਜਿਹੜੇ ਲੋੜਵੰਦ ਉਹਨਾਂ ਦੀ ਮਦਦ ਵੀ ਹੁੰਦੀ ਆ, ਠੀਕ ਆ, ਔਰ ਇਕਨੋਮਿਕਲੀ ਉਸ ਕੌਮ ਜਿਹੜੀ ਆ ਉਹ ਸਟਰੋਂਗ ਵੀ ਹੋਣੀ ਸ਼ੁਰੂ ਹੋ ਜਾਂਦੀ ਆ। ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਬਿਜ਼ਨਸ ਕਰਨ ਵਾਲੇ ਪਾਸੇ ਸਭ ਤੋਂ ਵੱਧ ਪ੍ਰੇਰਿਤ ਕੀਤਾ। ਗੁਰੂ ਸਾਹਿਬ ਨੇ ਵੇਖਿਆ ਵੀ ਜਿਹੜੇ ਸਿੱਖ ਚੰਗਾ ਵਪਾਰ ਕਰ ਸਕਦੇ ਆ ਪਰ ਉਹਨਾਂ ਕੋਲ ਵਪਾਰ ਬਿਜ਼ਨਸ ਸਟਾਰਟ ਕਰਨ ਵਾਸਤੇ ਪੈਸਾ ਨਹੀਂ ਹੈ, ਉਹਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਫੰਡ ਵਿੱਚੋਂ ਦਸਵੰਧ ਦੀ ਮਾਇਆ 'ਚੋਂ ਉਹਨਾਂ ਦੀ ਹੈਲਪ ਕੀਤੀ ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਫੰਡ ਵਾਪਸ ਕਿਵੇਂ ਕਰਨਾ, ਜਦੋਂ ਤੁਹਾਡਾ ਬਿਜ਼ਨਸ ਚੱਲ ਪੈਂਦਾ ਤੁਸੀਂ ਆਪਣੀ ਜੌਬ ਜਿਹੜੀ ਦੇਣੀ ਆ ਉਹ ਲੋੜਵੰਦ ਸਿੱਖਾਂ ਨੂੰ ਜੌਬ ਦੇਣੀ ਆ, ਠੀਕ ਆ, ਫਿਰ ਆਪਣਾ ਦਸਵੰਧ ਜਿਹੜਾ ਵਾ ਉਹ ਗੁਰੂ ਦਰਬਾਰ 'ਚ ਭੇਜਦੇ ਰਹਿਣਾ ਤਾਂ ਕਿ ਉਸ ਫੰਡ ਦੇ ਨਾਲ ਹੋਰ ਕਿਸੇ ਦੀ ਹੈਲਪ ਹੋ ਸਕੇ। ਫਿਰ ਜਿਹੜੇ ਸਿੱਖ ਉਹਨਾਂ ਦੇ ਕੋਲ ਜੌਬ 'ਤੇ ਲੱਗ ਜਾਂਦੇ ਸੀ ਨੌਕਰੀ 'ਤੇ ਲੱਗ ਜਾਂਦੇ ਸੀ ਫਿਰ ਉਹ ਵੀ ਆਪਣਾ ਦਸਵੰਧ ਗੁਰੂ ਸਾਹਿਬ ਨੂੰ ਭੇਜਦੇ ਸੀ, ਯਾਨੀ ਕਿ ਇਸ ਤਰ੍ਹਾਂ ਪੂਰੇ ਦਾ ਪੂਰਾ ਗੁਰੂ ਸਾਹਿਬ ਜੀ ਨੇ ਇੱਕ ਸਿਸਟਮ ਜਿਹੜਾ ਸੀ ਉਹ ਤਿਆਰ ਕਰ ਲਿਆ ਜਿਹਦੇ ਵਿੱਚ ਲੋੜਵੰਦਾਂ ਦੀ ਮਦਦ ਵੀ ਹੋ ਰਹੀ ਆ, ਫੰਡ ਵੀ ਆ ਰਿਹਾ ਵਾ, ਉਹਦੇ ਨਾਲ ਕੋਈ ਨਵੇਂ ਪ੍ਰੋਜੈਕਟ ਵੀ ਜਿਹੜੇ ਆ ਉਹ ਸ਼ੁਰੂ ਕੀਤੇ ਜਾ ਸਕਦੇ ਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ 52 ਕਿੱਤਿਆਂ ਨਾਲ 52 ਕਿੱਤਿਆਂ ਨਾਲ ਸੰਬੰਧ ਰੱਖਣ ਵਾਲੇ ਲੋਕ ਅੰਮ੍ਰਿਤਸਰ ਲਿਆ ਕੇ ਵਸਾਏ। ਘੋੜਿਆਂ ਦਾ ਵਪਾਰ ਕਰਨ ਵਾਸਤੇ ਕੁਝ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਕਾਬਲ ਕੰਧਾਰ ਤੱਕ ਪੈਸੇ ਦੇ ਕੇ ਭੇਜਿਆ। ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚ ਪੜ੍ਹਦੇ ਹਾਂ ਤਾਂ ਬੜੇ ਹੈਰਾਨ ਹੁੰਦੇ ਵੀ ਉਹ ਏਡੇ ਵੱਡੇ ਲੀਡਰ ਸਨ, ਏਡੇ ਵੱਡੇ ਧਾਰਮਿਕ ਆਗੂ ਸਨ, ਫਿਰ ਗੁਰੂ ਅਰਜਨ ਸਾਹਿਬ ਜੀ ਨੇ ਬਹੁਤ ਦੂਰ ਦਰਾਜ ਇਲਾਕਿਆਂ ਵਿੱਚ ਵੀ ਪ੍ਰਚਾਰ ਕੀਤਾ, ਖਾਸ ਤੌਰ 'ਤੇ ਪੰਜਾਬ ਦੇ ਹਰ ਕੋਨੇ ਵਿੱਚ ਉਹਨਾਂ ਜਾਣ ਦੀ ਕੋਸ਼ਿਸ਼ ਕੀਤੀ, ਲੋਕਾਂ ਨੂੰ ਵਹਿਮਾਂ 'ਚੋਂ ਭਰਮਾਂ 'ਚੋਂ ਅੰਧ ਵਿਸ਼ਵਾਸਾਂ 'ਚੋਂ ਕੱਢ ਕੇ ਗੁਰਮਤ ਸਿੱਖੀ ਦ੍ਰਿੜ ਕਰਾਈ, ਔਰ ਬਹੁਤ ਦੂਸਰੇ ਮਤਾਂ ਨਾਲ ਸੰਬੰਧ ਰੱਖਣ ਵਾਲੇ ਵੱਡੇ ਵੱਡੇ ਲੀਡਰ ਜਿਹੜੇ ਸੀ ਉਹ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਸਿੱਖ ਬਣ ਗਏ। ਹੁਣ ਸਾਨੂੰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਵੇਲੇ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਪਹਿਲਾਂ ਕਿਹੜੀ ਤਰੀਕ ਨੂੰ ਮਨਾਉਂਦੇ ਹਾਂ, 1 ਸਤੰਬਰ, 1 ਸਤੰਬਰ ਨੂੰ ਮਨਾਉਂਦੇ ਹਾਂ ਨਾ। ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸਭ ਤੋਂ ਵੱਡਾ ਕਾਰਜ ਇਹ ਕੀਤਾ, ਆਪਾਂ ਕੱਲ੍ਹ ਵਿਚਾਰਿਆ ਸੀ ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਆਪ ਲੈ ਕੇ ਆਏ ਸਨ 15 ਭਗਤਾਂ ਦੀ, ਉਹ ਬਾਣੀ ਉਹਨਾਂ ਨੇ ਆਪਣੀ ਬਾਣੀ ਆਪ ਵੀ ਲਿਖੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਅਤੇ ਬਾਣੀ ਦੀ ਉਹ ਪੋਥੀ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਦੇ ਦਿੱਤੀ, ਦੂਸਰੇ ਪਾਤਸ਼ਾਹ ਜੀ ਨੇ ਆਪਣੇ 63 ਸਲੋਕ ਨਾਲ ਲਿਖੇ, ਅਤੇ ਜਦੋਂ ਉਹਨਾਂ ਨੇ ਗੁਰਤਾ ਗੱਦੀ ਬਾਬਾ ਅਮਰਦਾਸ ਸਾਹਿਬ ਜੀ ਨੂੰ ਦਿੱਤੀ ਤਾਂ ਉਹ ਬਾਣੀ ਦੀ ਪੋਥੀ ਉਹਨਾਂ ਨੇ ਤੀਸਰੇ ਪਾਤਸ਼ਾਹ ਨੂੰ ਸੌਂਪ ਦਿੱਤੀ। ਤੀਸਰੇ ਪਾਤਸ਼ਾਹ ਜੀ ਨੇ ਜਿਸ ਵੇਲੇ ਆਪਣੀ ਬਾਣੀ ਵੀ ਨਾਲ ਲਿਖੀ ਅਤੇ ਜਦੋਂ ਗੁਰਤਾ ਗੱਦੀ ਦਿੱਤੀ ਤਾਂ ਉਹ ਬਾਣੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਉਹਦੇ ਵਿੱਚ ਐਡ ਕਰਕੇ ਨਾਲ ਲਿਖ ਕੇ ਅਤੇ ਸਾਰੀ ਬਾਣੀ ਪਹਿਲੀ ਅਤੇ ਆਪਣੀ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਵੇਲੇ ਉਹ ਪੋਥੀਆਂ ਸੌਂਪ ਦਿੱਤੀਆਂ। ਉਹਨਾਂ ਬਾਣੀ ਦੀਆਂ ਪੋਥੀਆਂ ਤੋਂ ਹੀ ਪ੍ਰਚਾਰ ਹੁੰਦਾ ਸੀ, ਕੀਰਤਨ ਪਾਠ ਸ਼ਬਦ ਵਿਚਾਰ ਦੂਰ ਦਰਿਆਜ ਤੱਕ ਜਿਹੜਾ ਸੀ ਉਹ ਗੁਰਮਤ ਉਹਨਾਂ ਤੋਂ ਪ੍ਰਚਾਰੀ ਜਾਂਦੀ ਸੀ। ਗੁਰੂ ਅਰਜਨ ਸਾਹਿਬ ਜੀ ਨੇ ਇਸ ਵਿਚਾਰ ਕੀਤਾ ਵੀ ਇਸ ਬਾਣੀ ਨੂੰ ਨਾ ਇੱਕ ਤਰਤੀਬ ਵਿੱਚ ਲਿਖਣਾ ਚਾਹੀਦਾ ਪ੍ਰੋਪਰ ਢੰਗ ਦੇ ਨਾਲ, ਤਾਂ ਕਿ ਕੋਈ ਇਸ ਬਾਣੀ ਦੇ ਵਿੱਚ ਆਪਣੀ ਵਾਧੂ ਦੀ ਗੱਲ ਐਡ ਨਾ ਕਰ ਸਕੇ ਅਤੇ ਨਾ ਇਸ ਬਾਣੀ ਦੇ ਵਿੱਚੋਂ ਕੁਝ ਕੱਢ ਸਕੇ, ਠੀਕ ਹੈ ਜੀ। ਹੁਣ ਗੁਰੂ ਸਾਹਿਬ ਜੀ ਨੇ ਜਦੋਂ ਇਹ ਵਿਚਾਰ ਕੀਤਾ ਤਾਂ ਉਹਨਾਂ ਦੇ ਕੋਲ ਸਾਰੀ ਬਾਣੀ ਮੌਜੂਦ ਸੀ। ਉਹਨਾਂ ਨੇ ਭਾਈ ਗੁਰਦਾਸ ਜੀ ਜਿਹੜੇ ਰਿਸ਼ਤੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਲੱਗਦੇ ਸਨ, ਭਾਈ ਗੁਰਦਾਸ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਭਤੀਜੇ ਲੱਗਦੇ ਸਨ। ਤੀਸਰੇ ਪਾਤਸ਼ਾਹ ਜੀ ਦੇ ਸਮੇਂ ਤੋਂ ਭਾਈ ਗੁਰਦਾਸ ਜੀ ਨੇ ਗੁਰਮਤ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਸੀ। ਉਹ ਬੜੇ ਵਧੀਆ ਲਿਖਾਰੀ ਵੀ ਸਨ, ਬੜੇ ਵਧੀਆ ਉਹ ਵਕਤਾ ਪ੍ਰਚਾਰਕ ਵੀ ਸਨ,
ਤੇ ਬਹੁਤ ਸੁਗੜ ਸਿਆਣੇ ਆਗੂ ਵੀ ਸਨ। ਉਹਨਾਂ ਨੇ ਬੜੀ ਦੂਰ ਦੂਰ ਦਰਾਜ ਤੱਕ ਜਾ ਕੇ ਧਰਮ ਦਾ ਪ੍ਰਚਾਰ ਕੀਤਾ। ਯਾਨੀ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਜਿਹੜੇ ਵਿਦਵਾਨ ਰਹਿੰਦੇ ਸਨ ਉਹਨਾਂ ਦੇ ਵਿੱਚੋਂ ਇੱਕ ਸ਼੍ਰੋਮਣੀ ਵਿਦਵਾਨ ਸਨ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਨੂੰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਲਿਖਾਰੀ ਲਾਇਆ, ਆਪ ਕੋਲ ਬੈਠ ਕੇ ਬਾਣੀ ਲਿਖਾਉਂਦੇ ਰਹੇ ਤੇ ਭਾਈ ਸਾਹਿਬ ਜੀ ਸਾਰੀ ਬਾਣੀ ਤਰਤੀਬ ਮੁਤਾਬਕ ਲਿਖਦੇ ਰਹੇ। ਅੱਜ ਜਦੋਂ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹੋ ਨਾ, ਜਾਂ ਪੋਥੀਆਂ ਤੋਂ ਤੁਸੀਂ ਬਾਣੀ ਨੂੰ ਦੇਖੋ, ਦਰਸ਼ਨ ਕਰੋ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਬਾਣੀ ਨੂੰ ਪੜ੍ਹੋ, ਇਹ ਜਿੰਨੀ ਤਰਤੀਬ ਆ ਇਹ ਗੁਰੂ ਅਰਜਨ ਸਾਹਿਬ ਜੀ ਦੀ ਬਣਾਈ ਹੋਈ ਆ। ਕਿਹੜੇ ਗੁਰੂ ਪਾਤਸ਼ਾਹ ਦੀ ਬਾਣੀ ਕਿੱਥੇ ਆਏਗੀ? ਸਭ ਤੋਂ ਪਹਿਲਾਂ ਸ਼ਬਦ ਗੁਰੂ ਨਾਨਕ ਸਾਹਿਬ ਦੇ ਆਉਣਗੇ, ਫਿਰ ਕਿਉਂਕਿ ਦੂਸਰੇ ਪਾਤਸ਼ਾਹ ਜੀ ਨੇ ਕੋਈ ਸ਼ਬਦ ਨਹੀਂ ਲਿਖਿਆ, ਇਕੱਲੇ ਸਲੋਕ ਲਿਖੇ ਨੇ, ਫਿਰ ਤੀਸਰੇ ਪਾਤਸ਼ਾਹ ਦੇ ਸ਼ਬਦ, ਚੌਥੇ ਪਾਤਸ਼ਾਹ ਦੇ, ਪੰਜਵੇਂ ਪਾਤਸ਼ਾਹ ਦੇ, ਫਿਰ ਉਸ ਤੋਂ ਬਾਅਦ ਅਸ਼ਟਪਦੀਆਂ, ਫਿਰ ਉਸ ਤੋਂ ਬਾਅਦ ਵਿਸ਼ੇਸ਼ ਬਾਣੀਆਂ, ਫਿਰ ਉਸ ਤੋਂ ਬਾਅਦ ਭਗਤ ਵਾਰ, ਫਿਰ ਉਸ ਤੋਂ ਬਾਅਦ ਭਗਤ ਬਾਣੀ। ਭਗਤਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜੇ ਉਸ ਰਾਗ ਵਿੱਚ ਬਾਣੀ ਹੈ ਤਾਂ ਕਬੀਰ ਸਾਹਿਬ ਦੀ ਬਾਣੀ ਆਏਗੀ। ਇਸ ਤਰ੍ਹਾਂ ਇੱਕ ਤਰਤੀਬ ਵਿੱਚ ਸਿਸਟਮੈਟਿਕਲੀ ਗੁਰੂ ਸਾਹਿਬ ਨੇ ਸਾਰੀ ਬਾਣੀ ਨੂੰ ਲਿਖਵਾ, ਔਰ ਇਹੋ ਜਿਹੀ ਤਰਤੀਬ ਬਣਾਈ, ਉਹਦੇ ਰੂਲ ਬਣਾਏ ਬਾਣੀ ਦੇ, ਵੀ ਜੇ ਉਹਦੇ ਵਿੱਚੋਂ ਕੁਝ ਕੱਢਣਾ ਚਾਹੀਏ ਤੇ ਅਸੀਂ ਜਿਹੜੇ ਬਾਣੀ ਦੇ ਜਾਣਕਾਰ ਵਿਦਵਾਨ ਨੇ ਉਸੇ ਵੇਲੇ ਗੱਲ ਫੜ ਲੈਣਗੇ ਵੀ ਇਹਦੇ ਚੋਂ ਕੁਝ ਕੱਢਿਆ ਗਿਆ। ਜੇ ਤੁਸੀਂ ਵਾਧੂ ਐਡ ਕਰਨਾ ਚਾਹੋ ਤਾਂ ਉਸੇ ਵੇਲੇ ਉਹ ਗੱਲ ਫੜੀ ਜਾ ਸਕਦੀ ਵੀ ਇਹਦੇ ਵਿੱਚ ਕੁਝ ਵਾਧੂ ਐਡ ਕਰਨ ਦੀ ਬੰਦਾ ਕੋਈ ਕੋਸ਼ਿਸ਼ ਕਰ ਰਿਹਾ ਸੀ। ਯਾਨੀ ਕਿ ਇਹਨੇ ਸਿਸਟਮ ਨਾਲ ਗੁਰੂ ਸਾਹਿਬ ਨੇ ਇੱਕ ਰੂਲ ਵਿੱਚ ਸਾਰੀ ਬਾਣੀ ਜਿਹੜੀ ਸੀ ਉਹ ਲਿਖਵਾਈ। ਹੁਣ ਜਦੋਂ ਗੁਰੂ ਸਾਹਿਬ ਜੀ ਨੇ ਬਾਣੀ ਲਿਖਵਾ ਲਈ, ਉਸ ਵੇਲੇ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੋਥੀ ਸਾਹਿਬ ਕਿਹਾ ਜਾਂਦਾ ਸੀ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ, ਉਸ ਸਮੇਂ ਪੋਥੀ ਸਾਹਿਬ ਕਿਹਾ ਜਾਂਦਾ ਸੀ। ਗੁਰੂ ਅਰਜਨ ਸਾਹਿਬ ਜੀ ਨੇ ਪੋਥੀ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਕਰਵਾਇਆ, ਜਿਹੜਾ ਉਹਨਾਂ ਨੇ ਬਣਾਇਆ ਸੀ। ਚੇਤੇ 'ਚ ਰਹੇ, ਜਦੋਂ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਬਣਾਇਆ ਤਾਂ ਇੱਕ ਦਿਨ ਵੀ ਆਪਣਾ ਦਰਬਾਰ ਉਹਦੇ ਵਿੱਚ ਨਹੀਂ ਲਾਇਆ, ਕਿਉਂਕਿ ਉਹ ਬਣਾਇਆ ਹੀ ਪੋਥੀ ਸਾਹਿਬ ਦੇ ਪ੍ਰਕਾਸ਼ ਵਾਸਤੇ ਗਿਆ ਸੀ। ਸੋ ਗੁਰੂ ਸਾਹਿਬ ਨੇ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਬਹੁਤ ਵੱਡੀਆਂ ਸੇਵਾਵਾਂ ਨਿਭਾ ਰਹੇ ਸਨ, ਗੁਰੂ ਸਾਹਿਬ ਜੀ ਦੇ ਮੁਖੀ ਸਿੱਖਾਂ ਵਿੱਚੋਂ ਸਨ, ਜਿਹੜੀ ਸਿੱਖ ਲੀਡਰਸ਼ਿਪ ਗੁਰੂ ਸਾਹਿਬ ਪੈਦਾ ਕਰ ਰਹੇ ਸਨ ਉਹਨਾਂ ਵਿੱਚੋਂ ਬਾਬਾ ਬੁੱਢਾ ਜੀ ਇੱਕ ਸਨ। ਇੱਥੇ ਮੈਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ, ਇੱਕ ਤਾਂ ਗੁਰੂ ਸਾਹਿਬ ਫਾਈਨਲ ਅਥਾਰਟੀ ਆਪ ਸਨ, ਠੀਕ ਹੈ ਜੀ, ਭਾਵੇਂ ਉਹ ਗੁਰੂ ਨਾਨਕ ਸਾਹਿਬ ਹੋਣ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਜਾਂ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ, ਕੋਈ ਵੀ ਗੁਰੂ ਸਾਹਿਬਾਨ, ਫਾਈਨਲ ਅਥਾਰਟੀ, ਸੁਪਰੀਮ ਪਾਵਰ ਸਿੱਖੀ ਦੇ ਵਿੱਚ ਕੌਣ ਆ? ਗੁਰੂ। ਗੁਰੂ ਦੇ ਹੁਕਮ ਨੂੰ ਕੋਈ ਵੀ ਟਾਲ ਨਹੀਂ ਸਕਦਾ, ਜਿਹੜਾ ਵੀ ਸਿੱਖ ਆ, ਠੀਕ ਹੈ ਜੀ। ਗੁਰੂ ਸਾਹਿਬ ਤੋਂ ਬਾਅਦ ਇੱਕ ਦੂਸਰੇ ਨੰਬਰ ਦੀ ਲੀਡਰਸ਼ਿਪ ਗੁਰੂ ਸਾਹਿਬ ਨੇ ਪੈਦਾ ਕੀਤੀ। ਉਹਦੇ ਵਿੱਚ ਆਪਾਂ ਜਿਹੜੇ ਗੁਰੂ ਸਾਹਿਬ ਦੇ ਨਿਕਟਵਰਤੀ ਨੇੜੇ ਰਹਿਣ ਵਾਲੇ ਜਿਹੜੇ ਸਿੱਖ ਉਹਨਾਂ ਦਾ ਜ਼ਿਕਰ ਪੜ੍ਹਦੇ, ਭਾਈ ਗੁਰਦਾਸ ਜੀ, ਭਾਈ ਮੰਝ ਜੀ, ਬਾਬਾ ਬੁੱਢਾ ਜੀ, ਇਹ ਸਾਰੇ, ਇਹ ਦੂਸਰੇ ਨੰਬਰ ਦੀ ਲੀਡਰਸ਼ਿਪ ਆ ਜਿਹੜੀ ਗੁਰੂ ਦਰਬਾਰ ਵਿੱਚ ਰਹਿ ਕੇ ਸਾਰੇ ਕੰਮ ਕਰਦੀ ਆ, ਠੀਕ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਮੈਨੇਜਮੈਂਟ। ਇਹ ਸਾਰੇ ਸਿੱਖ ਕੀ ਕਰਦੇ ਨੇ? ਮੈਨੇਜ ਕਰਦੇ ਨੇ ਸਾਰੇ ਸਿਸਟਮ ਨੂੰ। ਔਰ ਇਸ ਤੋਂ ਬਾਅਦ ਜਿਹੜਾ ਅਗਲਾ ਤੀਸਰੇ ਨੰਬਰ ਦੀ ਲੀਡਰਸ਼ਿਪ ਆ ਉਹ ਕਿਹੜੀ ਹੈ? ਜਿਹੜੀ ਪਬਲਿਕਲੀ ਕੰਮ ਕਰ ਰਹੀ ਆ, ਜਿਹਦੇ 'ਚ ਮਸੰਦ ਆਉਂਦੇ ਸੀਗੇ, ਪ੍ਰਚਾਰਕ ਆਉਂਦੇ ਸੀਗੇ, ਜਾਂ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠੇ, ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਨੈਟਵਰਕ ਬਣਾਇਆ। ਫਾਈਨਲ ਡਿਸੀਜਨ ਗੁਰੂ ਸਾਹਿਬ ਦਾ ਹੁੰਦਾ ਸੀ, ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਕਿਹਦੀ ਸੀ? ਦੂਸਰੇ ਨੰਬਰ ਦੀ ਲੀਡਰਸ਼ਿਪ ਦੀ। ਉਹ ਲੀਡਰਸ਼ਿਪ ਸਾਰਾ ਕੁਝ ਮੈਨੇਜ ਕਰਦੀ ਸੀ ਔਰ ਗੁਰੂ ਸਾਹਿਬ ਦਾ ਮੈਸੇਜ ਅੱਗੇ ਹਰ ਇਲਾਕੇ 'ਚ ਬੈਠੇ ਹੋਏ ਸਿੱਖ ਤੱਕ ਪਹੁੰਚਦਾ ਸੀ। ਯਾਨੀ ਕਿ ਇਸ ਤਰ੍ਹਾਂ ਦਾ, ਜਦੋਂ ਆਪਾਂ ਹਿਸਟਰੀ ਨੂੰ ਪੜ੍ਹਦੇ ਹਾਂ ਨਾ, ਤਾਂ ਹਿਸਟਰੀ ਦਾ ਮਤਲਬ ਇਕੱਲਾ ਇਹ ਨਹੀਂ ਹੁੰਦਾ ਕਿ ਆਪਾਂ ਕੁਝ ਸਾਖੀਆਂ ਪੜ੍ਹ ਲਈਏ ਅਤੇ ਗੱਲ ਖਤਮ ਕਰ ਦਈਏ। ਉਹ ਸਮਝਣਾ ਵਾ ਵੀ ਗੁਰੂ ਸਾਹਿਬ ਜੀ ਨੇ ਜਿਹੜੀ ਗੁਰਮਤ ਵਿਚਾਰ ਉਪਦੇਸ਼ ਲੋਕਾਂ ਤੱਕ ਕਿਵੇਂ, ਉਹ ਕਿਵੇਂ ਕੰਮ ਕਰਦੇ ਸੀ, ਕਿਵੇਂ ਵਰਕ ਕਰਦੇ ਸੀ, ਉਹ ਗੁਰੂ ਸਾਹਿਬ ਜੀ ਨੇ ਕਿਹੋ ਜਿਹਾ ਸਿਸਟਮ ਪੈਦਾ ਕੀਤਾ, ਕਿਹੋ ਜਿਹੀ ਜਥੇਬੰਦੀ ਪੈਦਾ ਕੀਤੀ, ਕਿਵੇਂ ਉਹਨਾਂ ਨੇ ਗੁਰਮਤ ਨੂੰ ਦੂਰ ਦਰਾਜ ਤੱਕ ਪ੍ਰਚਾਰਿਆ,
ਕਿੰਨਾ ਉੱਚਾ ਜੀਵਨ ਸੀ ਉਹਨਾਂ ਸਾਰੇ ਸਿੱਖਾਂ ਦਾ, ਇਹ ਚੀਜ਼ਾਂ ਵੀ ਆਪਾਂ ਨਾਲ ਨਾਲ ਪੜ੍ਹਨੀਆਂ ਨੇ। ਸਾਖੀਆਂ ਦੇ ਵਿੱਚੋਂ ਆਪਾਂ ਨੂੰ ਸਿੱਖਿਆ ਮਿਲਦੀ ਆ, ਇਤਿਹਾਸ ਦੀਆਂ ਇਹਨਾਂ ਚੀਜ਼ਾਂ 'ਚੋਂ ਸਾਨੂੰ ਬਹੁਤ ਵੱਡੀ ਸੇਧ ਮਿਲਦੀ ਆ ਵੀ ਅਸੀਂ ਇਤਿਹਾਸ ਤੋਂ, ਹਿਸਟਰੀ ਤੋਂ ਸਿੱਖ ਕੇ ਕਿਵੇਂ ਕੰਮ ਅੱਗੇ ਕਰ ਸਕਦੇ ਹਾਂ। ਵੈਸੇ ਹਿਸਟਰੀ ਕਾਹਦੇ ਵਾਸਤੇ ਪੜ੍ਹੀ ਜਾਂਦੀ ਆ? ਇਸ ਵਾਸਤੇ ਵੀ ਸਾਨੂੰ ਅੱਗੇ ਕੰਮ ਕਰਨ ਦੀ ਜਾਂਚ ਆਵੇ ਵੀ ਅਸੀਂ ਕਿਵੇਂ ਵਰਕ ਕਰਨਾ, ਅਸੀਂ ਅੱਗੇ ਕਿਵੇਂ ਕਰੀਏ। ਤੋ ਭਾਈ ਗੁਰਦਾਸ ਜੀ ਨੇ ਲਿਖਿਆ ਅਤੇ ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਨੇ ਲਾਈ ਵੀ ਤੁਸੀਂ ਇੱਥੇ ਬੈਠ ਕੇ ਸੰਗਤ ਨੂੰ ਬਾਣੀ ਦਾ ਪਾਠ ਵੀ ਸੁਣਾਉਣਾ ਔਰ ਨਾਲ ਨਾਲ ਬਾਣੀ ਦਾ ਉਪਦੇਸ਼ ਵੀ ਦੇਣਾ। ਉਹਨਾਂ ਨੂੰ ਆਪਾਂ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵਜੋਂ, ਮੁੱਖ ਗ੍ਰੰਥੀ ਵਜੋਂ ਯਾਦ ਵੀ ਕਰਦੇ ਹਾਂ। ਗੁਰੂ ਅਰਜਨ ਸਾਹਿਬ ਜੀ ਦੀ ਲਾਈਫ ਦੇ ਵਿੱਚ ਬੜਾ ਸਟਰਗਲ ਆ। ਵੈਸੇ ਤਾਂ ਹਰ ਗੁਰੂ ਸਾਹਿਬ ਦੀ ਲਾਈਫ 'ਚ ਬੜਾ ਸਟਰਗਲ ਆ, ਪਰ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੀ ਲਾਈਫ ਸਾਡਾ ਧਿਆਨ ਉਚੇਚਾ ਆਪਣੇ ਵੱਲ ਖਿੱਚਦੀ ਆ, ਕਿਉਂਕਿ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਅਤੇ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ, ਕਿਉਂਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦਾ ਮਤਲਬ ਕੋਈ ਨਾ ਕੋਈ ਰੀਜ਼ਨ ਬਣੇ ਹੋਣਗੇ, ਤਾਂ ਹੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੇ ਆਪਣੀ ਲਾਈਫ ਵਿੱਚ ਸਿੱਖਾਂ ਨੂੰ ਸਭ ਤੋਂ ਵੱਧ ਔਰਗੇਨਾਈਜ਼ ਕੀਤਾ, ਜਿਵੇਂ ਬਿਜ਼ਨਸ ਮੈਨ ਸਿੱਖ ਪੈਦਾ ਕੀਤੇ, ਇਸ ਤੋਂ ਇਲਾਵਾ ਘੋੜਿਆਂ ਦਾ ਵਪਾਰ ਕਰਨ ਲਈ ਸਿੱਖਾਂ ਨੂੰ ਪ੍ਰੇਰਿਆ, ਵੱਖ ਵੱਖ ਕਿੱਤਿਆਂ 'ਚ ਵੱਖ ਵੱਖ ਜੌਬ ਦੇ ਉੱਤੇ ਸਿੱਖਾਂ ਨੂੰ ਸੈੱਟ ਕੀਤਾ, ਸਿੱਖਾਂ ਨੂੰ ਕੇਂਦਰੀ ਧਰਮ ਅਸਥਾਨ ਦਿੱਤਾ, ਸਿੱਖਾਂ ਨੂੰ ਇੱਕ ਗ੍ਰੰਥ ਜਿਹੜਾ ਸੀ ਪੋਥੀ ਸਾਹਿਬ ਦੇ ਰੂਪ ਵਿੱਚ ਬਣਾ ਕੇ ਦੇ ਦਿੱਤਾ। ਗੁਰੂ ਸਾਹਿਬ ਜੀ ਨੇ ਧਰਮ ਪ੍ਰਚਾਰ ਕੀਤਾ, ਦੂਸਰੇ ਮਤਾਂ ਮਤਾਂਦਰਾਂ ਦੇ ਜਿਹੜੇ ਲੋਕ ਸੀ ਉਹ ਵੀ ਧੜਾ ਧੜ ਸਿੱਖ ਬਣ ਗਏ। ਇਹ ਕੁਝ ਐਸੀਆਂ ਚੀਜ਼ਾਂ ਸੀ ਜਿਹੜੀਆਂ ਗੁਰੂ ਦਰਬਾਰ, ਗੁਰੂ ਸਾਹਿਬ ਜੀ ਦੇ ਜਿਹੜੇ ਵਿਰੋਧੀ ਸੀ ਨਾ, ਜਿਹੜੇ ਜੈਲਸ ਕਰਨ ਵਾਲੇ, ਉਹ ਹਰ ਜਗ੍ਹਾ 'ਤੇ ਹੁੰਦੇ ਆ। ਇੱਕ ਸਾਡੀ ਮਨੁੱਖੀ ਕਮਜ਼ੋਰੀ ਆ, ਸਮਝੇ ਨਾ, ਸਾਡੀ ਮਨੁੱਖੀ ਕਮਜ਼ੋਰੀ ਆ ਈਰਖਾ ਕਰਨੀ, ਜੈਲਸ ਕਰਨੀ। ਕੋਈ ਸਾਡੇ ਨੇੜੇ ਰਹਿਣ ਵਾਲਾ ਤਰੱਕੀ ਕਰ ਰਿਹਾ ਹੋਵੇ ਅਤੇ ਸਾਡੇ ਮਨ 'ਚ ਪ੍ਰੋਬਲਮ ਹੋਣੀ ਸ਼ੁਰੂ ਹੁੰਦੀ ਆ, ਉਹਨੂੰ ਆਪਾਂ ਜੈਲਸ ਕਹਿੰਦੇ ਵੀ ਅੱਗੇ ਕਿਉਂ ਜਾ ਰਿਹਾ। ਕੋਈ ਚੰਗਾ ਕੰਮ ਕਰ ਰਿਹਾ ਹੋਵੇ, ਅਸੀਂ ਕਰ ਨਾ ਪਾ ਰਹੇ ਹੋਈਏ ਅਤੇ ਕੀ ਹੁੰਦਾ ਵਾ, ਸਾਨੂੰ ਜੈਲਸ ਹੋਣੀ ਸ਼ੁਰੂ ਹੁੰਦੀ ਆ, ਕਿਉਂਕਿ ਉਹ ਚੰਗਾ ਕੰਮ ਕਰ ਰਿਹਾ, ਸਾਡੇ ਤੋਂ ਹੋ ਨਹੀਂ ਰਿਹਾ, ਸਾਨੂੰ ਲੱਗਦਾ ਵੀ ਅਸੀਂ ਛੋਟੇ ਹੋ ਜਾਵਾਂਗੇ, ਨਿੱਕੇ ਹੋ ਜਾਵਾਂਗੇ। ਬਹੁਤ ਸਾਰੇ ਐਸੇ ਰੀਜ਼ਨ ਬਣਦੇ ਨੇ। ਕੁਝ ਲੋਕ ਐਸੇ ਸਨ ਜਿਹੜੇ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਕੰਮਾਂ ਕਰਕੇ ਉਹਨਾਂ ਲੋਕਾਂ ਦੇ ਝੂਠ ਨੂੰ ਬਹੁਤ ਵੱਡਾ ਫਰਕ ਪੈ ਰਿਹਾ ਸੀ, ਤਾਂ ਉਹ ਗੁਰੂ ਸਾਹਿਬ ਨਾਲ ਜੈਲਸ ਕਰਦੇ ਸੀ। ਉਹਦੇ ਵਿੱਚ ਕਾਜ਼ੀ, ਉਹਦੇ ਵਿੱਚ ਪੰਡਿਤ ਜਿਹੜੇ ਪੁਜਾਰੀ ਸੀਗੇ, ਜਾਂ ਹੋਰ ਮਤਾਂ ਮਤਾਂਦਰਾਂ ਦੇ ਲੋਕ ਸੀ, ਕੁਝ ਪੋਲੀਟੀਕਲ ਲੋਕ ਸੀ, ਉਹ ਸਾਰੇ ਇਕੱਠੇ ਹੋ ਗਏ। ਉਹਨਾਂ ਨੇ ਕਈ ਵਾਰ ਗੁਰੂ ਅਰਜਨ ਸਾਹਿਬ ਜੀ ਦੇ ਉੱਤੇ ਫਿਜ਼ੀਕਲੀ ਅਟੈਕ ਕਰਵਾਏ, ਠੀਕ ਆ, ਫਿਜ਼ੀਕਲੀ ਅਟੈਕ ਉਹਨਾਂ 'ਤੇ ਕਰਵਾਏ। ਗੁਰੂ ਸਾਹਿਬ ਜੀ ਦੇ ਕੋਲ ਜਿਹੜਾ ਦਸਵੰਧ ਆਉਂਦਾ ਸੀ, ਕਈ ਵਾਰ ਉਹ ਵੀ ਧੋਖੇ ਨਾਲ ਰਸਤੇ ਵਿੱਚ ਹੀ ਆਪਣੇ ਬੰਦਿਆਂ ਦੇ ਰਾਹੀਂ ਉਹਨਾਂ ਨੇ ਖੋ ਖਿੰਝ ਲਿਆ, ਤਾਂ ਕਿ ਗੁਰੂ ਸਾਹਿਬ ਨੂੰ ਇਕਨੋਮਿਕਲੀ ਕਮਜ਼ੋਰ ਕੀਤਾ ਜਾ ਸਕੇ। ਜਦੋਂ ਪੈਸਾ ਨਹੀਂ ਆਊਗਾ ਫੰਡ ਵਿੱਚ, ਤਾਂ ਕੀ ਹੋਊਗਾ, ਗੁਰੂ ਸਾਹਿਬ ਦੇ ਸਾਰੇ ਪ੍ਰੋਜੈਕਟ ਰੁਕ ਜਾਣਗੇ, ਠੀਕ ਹੈ। ਯਾਨੀ ਕਿ ਜਿਹੜੇ ਸ਼ਰਾਰਤੀ ਲੋਕ, ਦੁਸ਼ਮਣ ਲੋਕ ਹੁੰਦੇ ਆ, ਉਹ ਕਈ ਪੱਖਾਂ ਤੋਂ ਕੰਮ ਕਰਦੇ ਆ। ਫਿਜ਼ੀਕਲੀ ਅਟੈਕ ਵੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ 'ਤੇ ਕਰਵਾਉਣੇ ਚਾਹੇ, ਪਰ ਗੁਰੂ ਸਾਹਿਬ ਉਹਦੇ ਵਿੱਚੋਂ ਬਚ ਜਾਂਦੇ ਰਹੇ। ਇਕਨੋਮਿਕਲੀ ਇਫੈਕਟ ਪਾਉਣਾ ਚਾਹਿਆ ਵੀ ਇਹਨਾਂ ਨੂੰ ਇਕਨੋਮਿਕਲੀ ਜਿਹੜੇ ਸਟਰੋਂਗ, ਇਹਨਾਂ ਨੂੰ ਕਮਜ਼ੋਰ ਕਰ ਦਿਓ, ਉਹਦੇ 'ਚ ਵੀ ਗੁਰੂ ਸਾਹਿਬ ਸਰਵਾਈਵ ਕਰ ਗਏ। ਉਹਨਾਂ ਨੇ ਇਸ ਚੀਜ਼ ਨੂੰ ਵੀ ਸਮਝ ਲਿਆ। ਇੱਕ ਸਭ ਤੋਂ ਵੱਡੀ ਗੱਲ ਗੁਰੂ ਅਰਜਨ ਸਾਹਿਬ ਦੇ ਜੀਵਨ 'ਚ ਹੋਰ, ਵੀ ਜਿਹੜੇ ਸ਼ਰਾਰਤੀ ਲੋਕ ਸੀ ਨਾ, ਉਹਨਾਂ ਸੋਚਿਆ ਵੀ ਹਰ ਇੱਕ ਬੰਦੇ ਨੂੰ ਆਪਣਾ ਪਰਿਵਾਰ ਬਹੁਤ ਪਿਆਰਾ ਲੱਗਦਾ, ਇਸ ਤਰ੍ਹਾਂ ਹੀ ਹੈ ਨਾ, ਆਪਣੇ ਬੱਚੇ ਬੜੇ ਪਿਆਰੇ ਲੱਗਦੇ। ਗੁਰੂ ਅਰਜਨ ਸਾਹਿਬ ਜੀ ਦਾ ਇਕਲੌਤਾ ਸਾਹਿਬਜ਼ਾਦਾ, ਇੱਕੋ ਹੀ ਪੁੱਤਰ ਸੀ, ਬਾਲ ਹਰਗੋਬਿੰਦ ਸਾਹਿਬ ਜੀ, ਇੱਕੋ ਪੁੱਤਰ। ਉਹਨਾਂ ਨੇ ਛੋਟੇ ਜਿਹੇ ਬੱਚੇ ਦੇ ਉੱਤੇ ਵੀ ਫਿਜ਼ੀਕਲੀ ਅਟੈਕ ਕਰਵਾਏ, ਵੀ ਜੇ ਗੁਰੂ ਅਰਜਨ ਸਾਹਿਬ ਜੀ ਹੋਰ ਕਿਸੇ ਤਰੀਕੇ ਨਾਲ ਨਹੀਂ ਡਰਦੇ, ਤਾਂ ਘੱਟੋ ਘੱਟ ਆਪਣੇ ਇਕਲੌਤੇ ਪੁੱਤਰ 'ਤੇ ਜਦੋਂ ਇਹੋ ਜਿਹੇ ਉਹਨਾਂ ਦੇ ਅਟੈਕ ਹੋਣਗੇ, ਤਾਂ ਉਹਨਾਂ ਦੇ ਮਨ 'ਚ ਸ਼ਾਇਦ ਡਰ ਆ ਜਾਊਗਾ। ਇਸ ਤਰ੍ਹਾਂ ਹੀ ਹੁੰਦਾ ਨਾ, ਜਿਵੇਂ ਤੁਸੀਂ ਵੇਖਦੇ ਹੋ ਨਾ, ਚਲੋ ਇਹ ਆਪਾਂ ਇੱਕ ਆਮ ਉਦਾਹਰਣ ਦਿੰਦੇ, ਤੁਸੀਂ ਕੋਈ ਫਿਲਮ ਵੇਖਦੇ ਹੋ, ਉਸ ਮੂਵੀ ਦੇ ਵਿੱਚ ਕੀ ਹੁੰਦਾ, ਖਾਸ ਤੌਰ 'ਤੇ ਜਿਹੜੀਆਂ ਇੰਡੀਅਨ ਮੂਵੀਜ਼ ਨੇ,
ਉਹਦੇ ਵਿੱਚ ਕੀ ਹੁੰਦਾ, ਹੀਰੋ ਨੂੰ ਡਰਾਉਣ ਵਾਸਤੇ ਪਹਿਲਾਂ ਉਹਦੇ 'ਤੇ ਅਟੈਕ ਕੀਤਾ ਜਾਂਦਾ, ਉਹ ਡਰਦਾ ਨਹੀਂ, ਫਿਰ ਕੀ ਹੁੰਦਾ ਉਹਦੀ ਫੈਮਿਲੀ ਨੂੰ ਕਿਡਨੈਪ ਕਰ ਲਿਆ ਜਾਂਦਾ, ਫਿਰ ਉਹਨੂੰ ਫੋਨ ਕਰਦੇ ਆ। ਉਹ ਇੱਕ ਐਗਜ਼ੈਂਪਲ ਦੇ ਰਿਹਾ, ਉਹ ਕਿਉਂ, ਉਹ ਕੀ ਵਿਖਾਇਆ ਜਾ ਰਿਹਾ ਹੁੰਦਾ ਕਿ ਜਿਹੜਾ ਬੰਦਾ ਆਪ ਆਪਣੇ 'ਤੇ ਹੋ ਰਿਹਾ ਅਟੈਕ ਕਰਕੇ ਨਹੀਂ ਡਰਦਾ, ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਹੋ ਸਕਦਾ ਉਹ ਆਪਣੀ ਫੈਮਿਲੀ ਕਰਕੇ ਡਰ ਜਾਏ, ਕਿਉਂਕਿ ਉਹਨੂੰ ਲੱਗਦਾ ਵੀ ਮੇਰਾ ਕਰਕੇ ਮੇਰੇ ਪਰਿਵਾਰ ਦੀ ਜਾਨ ਚਲੀ ਜਾਏਗੀ, ਉਹਨਾਂ ਨੂੰ ਬਚਾਉਣ ਲਈ ਮੈਂ ਡਰ। ਹੁਣ ਵੇਖੋ ਨਾ, ਜਿਹੜੇ ਬੰਦੇ ਸਾਡੀ ਸੁਸਾਇਟੀ 'ਚ ਖਾਸ ਤੌਰ 'ਤੇ ਰਿਸ਼ਵਤ ਲੈਂਦੇ ਆ, ਮੰਨ ਲਓ ਕਿਸੇ ਦੀ 50,000 20,000 40,000 ਤਨਖਾਹ ਵਾ, ਇੰਨੀ ਪੇਮੈਂਟ ਉਹ ਲੈ ਰਿਹਾ, ਉਹ ਬੰਦਾ ਫਿਰ ਵੀ ਰਿਸ਼ਵਤ ਲੈ ਰਿਹਾ, ਉਹ ਕਹਿੰਦਾ ਵੀ ਮੈਂ ਤਾਂ ਬਹੁਤ ਗਰੀਬ ਹਾਂ, ਮੈਨੂੰ ਤਾਂ ਉੱਪਰਲੀ ਕਮਾਈ ਦੀ ਬਹੁਤ ਲੋੜ ਆ। ਕਿਉਂ ਭਲਾ, ਉਹ ਚਾਹੁੰਦਾ ਵੀ ਮੈਂ ਆਪਣੇ ਬੱਚਿਆਂ ਨੂੰ ਸਭ ਤੋਂ ਮਹਿੰਗਾ ਘਰ, ਸਭ ਤੋਂ ਮਹਿੰਗੀਆਂ ਕਾਰਾਂ, ਸਭ ਤੋਂ ਵਧੀਆ ਸਾਧਨ ਇਕੱਠੇ ਕਰਕੇ ਦੇ ਜਾਵਾਂ। ਆਪਣੇ ਪਰਿਵਾਰ ਵਾਸਤੇ ਬੰਦਾ ਇੰਨਾ ਸਵਾਰਥੀ ਹੁੰਦਾ ਹੁੰਦਾ ਨਾ, ਉਹਦੇ ਅੰਦਰ ਇੰਨਾ ਲਾਲਚ ਹੁੰਦਾ ਵੀ ਮੇਰੇ ਪਰਿਵਾਰ ਕੋਲ ਹਰ ਸਹੂਲਤ ਹੋਣੀ ਚਾਹੀਦੀ ਆ, ਅਤੇ ਜੇ ਉਸ ਪਰਿਵਾਰ ਨੂੰ ਕਿਤੇ ਖਤਰਾ ਪੈਦਾ ਹੋ ਜਾਏ ਤਾਂ ਸਭ ਤੋਂ ਵੱਧ ਉਸ ਬੰਦੇ ਨੂੰ ਤਕਲੀਫ ਹੁੰਦੀ ਆ। ਹੁਣ ਸ਼ਰਾਰਤੀ ਲੋਕਾਂ ਨੇ ਕੀ ਕੀਤਾ ਵੀ ਉਹਨਾਂ ਨੇ ਸੋਚਿਆ ਵੀ ਗੁਰੂ ਅਰਜਨ ਸਾਹਿਬ 'ਤੇ ਅਟੈਕ ਕੀਤੇ, ਇਹ ਡਰੇ ਨਹੀਂ, ਗੁਰੂ ਅਰਜਨ ਸਾਹਿਬ ਨੂੰ ਇਕਨੋਮਿਕਲੀ ਅਸੀਂ ਕਮਜ਼ੋਰ ਕਰਨਾ ਚਾਹਿਆ, ਇਹ ਉੱਥੇ ਵੀ ਸਰਵਾਈਵ ਕਰ ਗਏ। ਉਹਨਾਂ ਨੇ ਅਗਲਾ ਟਾਰਗੇਟ ਕੀਤਾ ਵੀ ਗੁਰੂ ਸਾਹਿਬ ਦਾ ਇੱਕੋ ਹੀ ਪੁੱਤਰ ਆ, ਉਹਦੇ 'ਤੇ ਅਟੈਕ ਕਰੋ, ਗੁਰੂ ਸਾਹਿਬ ਜ਼ਰੂਰ ਡਰ ਜਾਣਗੇ। ਪਰ ਗੁਰੂ ਸਾਹਿਬ ਫਿਰ ਵੀ ਚੜ੍ਹਦੀ ਕਲਾ 'ਚ ਰਹੇ, ਕਿਉਂਕਿ ਗੁਰੂ ਸਾਹਿਬ ਜੀ ਤਾਂ ਇਹ ਮੰਨਦੇ ਨੇ ਵੀ ਜੰਮਣ ਅਤੇ ਮਰਨਾ ਇਹ ਪਰਮੇਸ਼ਰ ਵਾਹਿਗੁਰੂ ਦੇ ਹੱਥ ਵਿੱਚ ਹੈ। ਦੂਸਰੀ ਗੱਲ ਕੀ ਮੰਨਦੇ ਨੇ ਵੀ ਜਿਹੜਾ ਮਨੁੱਖ ਜਨਮਿਆ ਉਹਨੇ ਆਖਰ ਨੂੰ ਮਰ ਹੀ ਜਾਣਾ ਹੈ, ਠੀਕ ਹੈ ਜੀ, ਜੋ ਵੀ ਚੀਜ਼ ਪੈਦਾ ਹੋਈ ਉਹਨੇ ਅਖੀਰ ਖਤਮ ਹੋ ਜਾਣਾ ਹੈ। ਗੁਰੂ ਸਾਹਿਬ ਨੇ ਮੰਨਿਆ ਵੀ ਸੱਚ ਨੂੰ, ਧਰਮ ਨੂੰ, ਅਸੂਲ ਨੂੰ ਆਪਣੇ ਜੀਵਨ 'ਚ ਕਮਾਉਣ ਵਾਸਤੇ ਉਹਦੀ ਪ੍ਰੈਕਟਿਸ ਕਰਦਿਆਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ, ਠੀਕ ਆ, ਉਹਦੇ ਵਿੱਚ ਤੁਹਾਨੂੰ ਹਰ ਨੁਕਸਾਨ ਵੀ ਝੱਲਣਾ ਪੈ ਸਕਦਾ, ਤੁਹਾਨੂੰ ਇਸ ਗੱਲ ਲਈ ਪ੍ਰਪੇਅਰ ਰਹਿਣਾ ਚਾਹੀਦਾ, ਮੈਂਟਲੀ ਪ੍ਰਪੇਅਰ ਰਹਿਣਾ ਚਾਹੀਦਾ। ਹੁਣ ਜਿਹੜੇ ਗੁਰੂ ਸਾਹਿਬ ਇਹੋ ਜਿਹੇ ਆ, ਉਸ ਗੁਰੂ ਸਾਹਿਬ ਨੂੰ ਮੰਨਣ ਵਾਲੇ ਸਿੱਖਾਂ ਦਾ ਜੀਵਨ ਵੀ ਤਾਂ ਆਪਾਂ ਬਾਅਦ 'ਚ ਪੜ੍ਹਦੇ ਨਾ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੀ ਗੋਦ ਵਿੱਚ ਉਹਨਾਂ ਦਾ 4.5 ਸਾਲ ਦਾ ਬੱਚਾ, ਉਹਦਾ ਕਿਵੇਂ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਇਹ ਹੁਣ ਕਿਉਂਕਿ ਇਹ ਪ੍ਰੇਰਨਾ ਕਿੱਥੋਂ ਮਿਲੀ ਉਹਨਾਂ ਸਿੱਖਾਂ ਨੂੰ? ਗੁਰੂ ਸਾਹਿਬ ਕੋਲੋਂ। ਇਹ ਪ੍ਰੇਰਨਾ ਕਿੱਥੋਂ ਮਿਲੀ? ਗੁਰੂ ਸਾਹਿਬ ਕੋਲੋਂ, ਕਿਉਂਕਿ ਜਿਹੜੀ ਫਿਲੋਸਫੀ, ਜਿਹੜਾ ਥੋਟ ਗੁਰੂ ਦੇ ਅੰਦਰ ਚੱਲ ਰਿਹਾ ਨਾ, ਉਹੀ ਥੋਟ ਸਿੱਖ ਦੇ ਅੰਦਰ ਚੱਲ ਰਿਹਾ। ਜਿਹੜੀ ਫਿਲੋਸਫੀ ਗੁਰੂ ਸਾਹਿਬ ਨੇ ਦਿੱਤੀ ਅਤੇ ਉਹ ਆਪ ਉਹਦੀ ਪ੍ਰੈਕਟਿਸ ਕਰ ਰਹੇ, ਉਸੇ ਫਿਲੋਸਫੀ ਦੀ ਪ੍ਰੈਕਟਿਸ ਉਹਨਾਂ ਦੇ ਸਿੱਖ ਕਰ ਰਿਹਾ। ਇਸ ਕਰਕੇ ਉਹ ਸਿੱਖ ਵੀ ਉਹੋ ਜਿਹਾ ਹੀ ਹੋ ਗਏ ਜਿਹੋ ਜਿਹਾ ਜੀਵਨ ਗੁਰੂ ਸਾਹਿਬ ਜੀ ਰਹੇ ਸਨ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੀ ਸ਼ਹੀਦੀ ਹੋ ਰਹੀ ਆ ਅਤੇ ਉਹਦੀ ਸੁਰਤ ਵਿੱਚ, ਉਹਦੇ ਦਿਮਾਗ 'ਚ ਕੀ ਚੱਲ ਰਿਹਾ ਕਿ ਸਾਡੇ ਗੁਰੂ ਸਾਹਿਬ ਨੇ ਆਪਣੇ ਇਕਲੌਤੇ ਪੁੱਤਰ ਦੀ ਪਰਵਾਹ ਨਹੀਂ ਸੀ ਕੀਤੀ, ਸੱਚ ਦੇ ਰਾਹ 'ਤੇ ਤੁਰਦੇ ਰਹੇ। ਸਾਡੇ ਗੁਰੂ ਸਾਹਿਬਾਨ ਨੇ ਆਪਣੇ ਸੀਸ ਕੁਰਬਾਨ ਕੀਤੇ, ਸਾਡੇ ਗੁਰੂ ਸਾਹਿਬਾਨ ਤੱਤੀ ਤਵੀ 'ਤੇ ਬੈਠ ਗਏ। ਇੱਥੋਂ ਤੱਕ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ 4 ਪੁੱਤਰ ਧਰਮ ਲਈ ਕੁਰਬਾਨ ਕਰਦੇ। ਇਹ ਥੋਟ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਉਸ ਵੇਲੇ, ਉਹਨਾਂ ਨੂੰ ਉੱਥੋਂ ਪ੍ਰੇਰਨਾ, ਉੱਥੋਂ ਸਪਿਰਟ ਮਿਲ ਰਹੀ ਆ। ਉਸ ਸਪਿਰਟ ਦਾ ਸਦਕਾ ਉਹਨਾਂ ਨੇ ਆਪਣਾ ਸਾਰਾ ਕੁਝ ਸਿੱਖੀ ਲਈ, ਧਰਮ ਲਈ ਕੁਰਬਾਨ ਕਰ ਦਿੱਤਾ। ਯਾਨੀ ਕਿ ਉਹ ਬੜੇ ਉੱਚੀ ਅਵਸਥਾ ਵਾਲੇ, ਉੱਚੇ ਲੈਵਲ ਵਾਲੇ, ਬਿਲਕੁਲ ਐਂ ਡਿਵੈਲਪ ਹੋਈ ਪਰਸਨੈਲਿਟੀ ਵਾਲੇ ਸਿੱਖ ਸਨ, ਜਿਹੋ ਜਿਹੇ ਸਿੱਖ ਦੀ ਆਪਾਂ ਬਾਣੀ ਦੇ ਵਿੱਚੋਂ ਜ਼ਿਕਰ ਪੜ੍ਹਦੇ ਵੀ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਹੁਣ ਬਾਣੀ ਕੀ ਆ? ਫਿਲੋਸਫੀ। ਬਾਣੀ ਕੀ ਆ? ਫਿਲੋਸਫੀ। ਇਸ ਫਿਲੋਸਫੀ ਨੂੰ ਇੰਪਲੀਮੈਂਟ ਹੋਇਆ ਵੇਖਣਾ ਹੋਵੇ ਤਾਂ ਕਿੱਥੋਂ ਵੇਖਾਂਗੇ? ਹਿਸਟਰੀ ਵਿੱਚੋਂ। ਇਹਨੂੰ ਕਿੱਥੇ ਵੇਖਾਂਗੇ? ਹਿਸਟਰੀ ਵਿੱਚੋਂ। ਹੁਣ ਇਹ ਜਿਹੜੀ ਚੀਜ਼ ਬਾਣੀ ਫਿਲੋਸਫੀ ਆ ਅਤੇ ਹਿਸਟਰੀ ਦੇ ਵਿੱਚੋਂ ਆਪਾਂ ਇਹਨੂੰ ਹਿਸਟਰੀ ਇਸ ਕਰਕੇ ਪੜ੍ਹਦੇ ਹਾਂ ਵੀ ਆਪਾਂ ਵੇਖ ਸਕੀਏ ਵੀ ਇਹ ਫਿਲੋਸਫੀ ਪ੍ਰੈਕਟਿਸ ਕਿਵੇਂ ਕੀਤੀ ਜਾ ਸਕਦੀ, ਇੰਪਲੀਮੈਂਟ ਕਿਵੇਂ ਹੋ ਸਕਦੀ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜਿਹੜਾ ਸਮਾਂ, ਉਹ ਇਸ ਤਰ੍ਹਾਂ ਦੇ ਸਟਰਗਲ ਦਾ ਸਮਾਂ, ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਸਤੇ
ਫਿਰ ਸਰਕਾਰ ਨੇ ਉਸ ਵੇਲੇ ਜਿਹੜਾ ਬਾਦਸ਼ਾਹ ਸੀ, ਪ੍ਰੈਜ਼ੀਡੈਂਟ ਸੀ ਜਿਹੜਾ ਇੰਡੀਆ ਦਾ, ਠੀਕ ਆ, ਉਹ ਸੀ ਜਹਾਂਗੀਰ। ਜਹਾਂਗੀਰ ਨੇ ਆਰਡਰ ਦਿੱਤਾ, ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਲਾਹੌਰ ਲਿਆਂਦਾ ਗਿਆ ਅਤੇ ਲਾਹੌਰ ਵਿੱਚ ਲਿਆ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਕਾਨੂੰਨ ਚੰਗੇਜ਼ ਖਾਂ ਨੇ ਬਣਾਇਆ ਸੀ, ਉਹਨੂੰ ਕਹਿੰਦੇ ਨੇ ਯਾਸਾ ਵਾ ਸਿਆਸਤ। ਉਸ ਕਾਨੂੰਨ 'ਚ ਲਿਖਿਆ ਵੀ ਇਸ ਕਾਨੂੰਨ ਤਹਿਤ ਜੇ ਕਿਸੇ ਨੂੰ ਸਜ਼ਾ ਦੇਣੀ ਹੋਵੇ ਤਾਂ ਉਹਦਾ ਖੂਨ ਜ਼ਮੀਨ 'ਤੇ ਨਹੀਂ ਡੁੱਲਣਾ ਚਾਹੀਦਾ। ਇਹਦਾ ਮਤਲਬ ਪਤਾ ਕੀ ਆ, ਵੀ ਤੁਸੀਂ ਕਿਸੇ ਨੂੰ ਮਾਰਨਾ ਹੋਵੇ ਪਰ ਪਿੱਛੇ ਸਬੂਤ ਨਾ ਛੱਡੋ, ਪਿੱਛੇ ਕੋਈ ਐਵੀਡੈਂਸ ਨਾ ਰਹਿਣ ਦਿਓ, ਤਾਂ ਕਿ ਤੁਸੀਂ ਮੌਤ ਜਿਹੋ ਜਿਹੀ ਮਰਜ਼ੀ ਦੇ ਦਿਓ ਕਿਸੇ ਨੂੰ ਪਰ ਉਹਦਾ ਐਵੀਡੈਂਸ ਨਹੀਂ ਪਿੱਛੇ ਰਹਿਣਾ ਚਾਹੀਦਾ। ਇਹ ਕਾਨੂੰਨ ਖਾਸ ਤੌਰ 'ਤੇ ਬਹੁਤ ਵੱਡੇ ਉਹਨਾਂ ਸ਼ਖਸੀਅਤਾਂ, ਉਹਨਾਂ ਪਰਸਨੈਲਿਟੀਆਂ ਲਈ ਬਣਾਇਆ ਗਿਆ ਸੀ ਜਿਹੜੀ ਪਬਲਿਕ ਫਿਗਰ ਆ, ਜਿਨ੍ਹਾਂ ਦਾ ਲੋਕਾਂ ਵਿੱਚ ਬਹੁਤ ਵੱਡਾ ਆਧਾਰ ਆ, ਜਿਨ੍ਹਾਂ ਦੇ ਪਬਲਿਕ ਰਿਲੇਸ਼ਨ ਆ। ਕਿਉਂਕਿ ਜੇ ਐਸੇ ਬੰਦੇ ਨਾਲ ਕੋਈ ਕੁਝ ਕਰੂਗਾ ਤਾਂ ਪਬਲਿਕ ਵਿੱਚ ਗੁੱਸਾ ਆਊਗਾ, ਕ੍ਰੋਧ ਆਊਗਾ। ਇਸ ਕਰਕੇ ਉਹਨਾਂ ਨੇ ਸੋਚਿਆ ਵੀ ਉਹਨਾਂ ਨੂੰ ਜੇ ਤੁਸੀਂ ਮਾਰਨਾ ਚਾਹੋ, ਸ਼ਹੀਦ ਕਰਨਾ ਚਾਹੋ, ਕਤਲ ਕਰਨਾ ਚਾਹੋ, ਤਾਂ ਉਹਨਾਂ ਦੇ ਨਾਲ ਤੁਸੀਂ ਕੀ ਕੀਤਾ ਇਹਦਾ ਕੋਈ ਐਵੀਡੈਂਸ ਪਿੱਛੇ ਨਾ ਰਹਿਣ ਦਿਓ। ਤਾਂ ਗੁਰੂ ਸਾਹਿਬ ਜੀ ਨੂੰ ਉਬਲਦੀ ਦੇਗ ਵਿੱਚ ਤੱਤੀ ਤਵੀ 'ਤੇ ਬਿਠਾਇਆ ਗਿਆ, ਸੀਸ ਵਿੱਚ ਗਰਮ ਰੇਤਾ ਪਾਇਆ ਗਿਆ। ਹੁਣ ਤੁਸੀਂ, ਆਪਾਂ ਸਾਰੇ ਜਾਣਦੇ ਪਾਣੀ ਕਿੰਨੀ ਡਿਗਰੀ 'ਤੇ ਉਬਲਦਾ, ਹਾਂਜੀ ਹਾਂ। ਹੁਣ ਇੰਨੀ ਉਬਲਦੇ ਹੋਏ ਪਾਣੀ ਦੇ ਵਿੱਚ ਆਪਾਂ ਹੱਥ ਪਾ ਦਈਏ ਤਾਂ ਕੀ ਹੋਊਗਾ, ਸਾਡੀ ਸਾਰੀ ਜਿਹੜੀ ਸਕਿਨ ਆ ਉਹ ਸੜ ਜਾਊਗੀ, ਹੱਡੀਆਂ ਨਾਲੋਂ ਵੱਖ ਹੋ ਜਾਊ, ਇਸ ਤਰ੍ਹਾਂ ਹੁੰਦਾ ਨਾ। ਹੁਣ ਇਹ ਤਸੀਹੇ ਸਨ, ਇਹ ਟੋਰਚਰ ਸੀ ਜਿਹੜਾ ਗੁਰੂ ਅਰਜਨ ਸਾਹਿਬ ਨੂੰ ਕੀਤਾ ਗਿਆ, ਅਤੇ ਗੁਰੂ ਅਰਜਨ ਸਾਹਿਬ ਨੂੰ ਇਹੋ ਜਿਹੇ ਇਸ ਤਰ੍ਹਾਂ ਟੋਰਚਰ ਕਰਕੇ ਸ਼ਹੀਦ ਕੀਤਾ ਗਿਆ। ਅਤੇ ਫਿਰ ਉਹਨਾਂ ਦੀ ਬੋਡੀ, ਉਹਨਾਂ ਦਾ ਜਿਹੜਾ ਸਰੀਰ ਸੀ ਉਹ ਫਿਰ ਕਿਸੇ ਨੂੰ ਵਾਪਸ ਥੋੜ੍ਹੀ ਦਿੱਤਾ ਜਾ ਸਕਦਾ, ਜਿਹੜਾ ਵੀ ਵੇਖਦਾ ਉਹਦੇ ਅੰਦਰ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਜਾਂਦਾ ਵੀ ਆਹ ਕੀ ਕੀਤਾ, ਠੀਕ ਆ ਨਾ। ਫਿਰ ਗੁਰੂ ਸਾਹਿਬ ਜੀ ਦਾ ਜਿਹੜਾ ਸਰੀਰ ਸੀ ਉਹਨੂੰ ਕੀ ਕੀਤਾ ਸਰਕਾਰ ਨੇ, ਰਾਵੀ ਦਰਿਆ ਦੇ ਸਪੁਰਦ ਕਰ ਦਿੱਤਾ, ਤਾਂ ਕਿ ਜਿੰਨਾ ਉਹਨਾਂ ਨੂੰ ਟੋਰਚਰ ਕੀਤਾ ਗਿਆ ਵਾ ਉਹਨਾਂ ਦਾ ਸਰੀਰ ਵੇਖਣ ਦੇ ਕਿਸੇ ਨੂੰ ਵੇਖਣ ਨਾ ਦਿੱਤਾ ਜਾਏ, ਕਿਸੇ ਨੂੰ ਮਿਲੇ ਨਾ, ਬਸ ਇੰਨਾ ਹੀ ਪਤਾ ਲੱਗੇ ਵੀ ਗੁਰੂ ਅਰਜਨ ਸਾਹਿਬ ਨੂੰ ਸਰਕਾਰ ਨੇ ਸ਼ਹੀਦ ਕਰ ਦਿੱਤਾ। ਪਰ ਉਹਨਾਂ ਨੂੰ ਕਿੰਨਾ ਟੋਰਚਰ ਕੀਤਾ ਇਸ ਗੱਲ ਦਾ ਕੋਈ ਐਵੀਡੈਂਸ ਪਿੱਛੇ ਨਾ ਰਹਿਣ ਦਿੱਤਾ ਜਾਏ। ਸੋ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰੂ ਅਰਜਨ ਸਾਹਿਬ ਜੀ ਦੇ ਇਕਲੌਤੇ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਉਹ ਗੁਰਤਾ ਗੱਦੀ 'ਤੇ ਬੈਠ ਗਏ। ਗੁਰੂ ਸਾਹਿਬ ਅੰਮ੍ਰਿਤਸਰ ਤੋਂ ਜਾਣ ਤੋਂ ਪਹਿਲਾਂ ਉਹਨਾਂ ਨੂੰ ਗੁਰਤਾ ਗੱਦੀ ਦੇ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਲਾਈਫ ਵਿੱਚ ਮੇਨ ਕੁਝ ਕਾਰਜ ਕੀਤੇ। ਮੀਰੀ ਅਤੇ ਪੀਰੀ ਦਾ ਕੌਨਸੈਪਟ ਜਿਹੜਾ ਸੀ ਉਹਨੂੰ ਉਹਨਾਂ ਨੇ ਇੰਪਲੀਮੈਂਟ ਕੀਤਾ। ਇਹ ਕੌਨਸੈਪਟ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ। ਮੀਰੀ ਕਿਹਨੂੰ ਕਹਿੰਦੇ ਨੇ, ਮੀਰੀ ਕਹਿੰਦੇ ਨੇ ਪਾਵਰ ਨੂੰ, ਸੱਤਾ ਨੂੰ, ਸਮਝੇ ਨਾ, ਪਾਵਰ ਕੰਟਰੋਲ। ਵੀ ਤੁਹਾਡੇ ਕੋਲ ਜੇ ਕੰਟਰੋਲ ਆ, ਪਾਵਰ ਆ, ਤਾਂ ਸਮਝੋ ਤੁਸੀਂ ਮੀਰੀ ਵਾਲੇ ਕੌਨਸੈਪਟ 'ਤੇ ਚੱਲ ਰਹੇ ਹੋ। ਅਤੇ ਪੀਰੀ ਕਿਹਨੂੰ ਕਹਿੰਦੇ ਨੇ, ਹਾਂਜੀ, ਭਗਤੀ। ਭਗਤੀ ਮਤਲਬ ਬੰਦਗੀ, ਇਬਾਦਤ, ਧਾਰਮਿਕ ਹੋਣਾ। ਗੁਰੂ ਸਾਹਿਬ ਜਾਣ ਗਏ ਸਨ। ਹੁਣ ਤੁਸੀਂ ਵੇਖੋ ਨਾ, ਇੱਕ ਕਿਸਾਨ ਜਦੋਂ ਖੇਤੀ ਬੀਜਦਾ, ਉਹਦੀ ਖੇਤੀ ਵੱਡੀ ਹੋ ਜਾਂਦੀ ਆ, ਆਵਾਰਾ ਪਸ਼ੂ ਆਉਂਦੇ ਆ, ਉਹਦੀ ਖੇਤੀ ਨੂੰ ਖਰਾਬ ਕਰ ਦਿੰਦੇ ਆ, ਉਹ ਫਿਰ ਕਿਸਾਨ ਕੀ ਕਰਦਾ, ਆਪਣੀ ਖੇਤੀ ਦੇ ਆਲੇ ਦੁਆਲੇ ਵਾੜ ਕਰ ਦਿੰਦਾ, ਠੀਕ ਆ, ਇੱਕ ਕੰਡਿਆਲੀ ਤਾਰ ਲਾ ਦਿੰਦਾ। ਉਹ ਕਿਉਂ ਲਾਉਂਦਾ, ਤਾਂ ਕਿ ਮੇਰੀ ਮਿਹਨਤ ਨਾਲ ਪੈਦਾ ਕੀਤੀ ਹੋਈ ਫਸਲ ਨੂੰ ਆਵਾਰਾ ਪਸ਼ੂ ਖਰਾਬ ਨਾ ਕਰਨ। ਤੁਸੀਂ ਗੁਲਾਬ ਦਾ ਫੁੱਲ ਵੇਖਦੇ ਹੋ ਨਾ, ਉਹਦੀ ਟਾਹਣੀ ਨਾਲ ਕੰਡੇ ਲੱਗੇ ਹੁੰਦੇ ਆ। ਹੁਣ ਫੁੱਲ ਵੇਖੋ ਕਿੰਨਾ ਸੌਫਟ ਆ, ਕਿੰਨਾ ਕੋਮਲ ਆ, ਪਰ ਉਹਦੀ ਟਾਹਣੀ ਨਾਲ ਕਿੰਨੇ ਤਿੱਖੇ ਕੰਡੇ ਲੱਗੇ ਹੁੰਦੇ ਆ। ਕਈ ਵਾਰ ਆਪਾਂ ਫੁੱਲ ਤੋੜਨ ਦੇ ਚੱਕਰ ਵਿੱਚ ਕੰਡੇ ਵੀ ਮਰਵਾ ਲੈਂਦੇ ਹਾਂ, ਇਸ ਤਰ੍ਹਾਂ ਹੁੰਦਾ ਨਾ। ਯਾਨੀ ਕਿ ਕੁਦਰਤ ਨੇ ਇੰਨਾ ਕੋਮਲ ਫੁੱਲ ਜਿਹੜੀ ਟਾਹਣੀ ਦੇ ਉੱਤੇ ਲਾਇਆ, ਉਹਦੀ ਰਾਖੀ ਵਾਸਤੇ ਨਾਲ ਤਿੱਖੇ ਕੰਡੇ ਵੀ ਲਾ ਦਿੱਤੇ ਹਨ। ਇਹ ਨੈਚੁਰਲ ਕਨਸੈਪਟ ਆ।
ਜੇ ਤੁਸੀਂ ਚੰਗੀ ਚੀਜ਼ ਨੂੰ ਬਚਾਉਣਾ ਹੈ ਤਾਂ ਤੁਹਾਡੇ ਕੋਲ ਉਹਨੂੰ ਬਚਾਉਣ ਦੀ ਪਾਵਰ ਵੀ ਚਾਹੀਦੀ ਹੈ। ਹੁਣ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲੋਸਫੀ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲੋਸਫੀ ਨੂੰ ਬਚਾਉਣ ਵਾਸਤੇ ਜ਼ਿੰਮੇਵਾਰੀ ਕਿਹਨੂੰ ਦਿੱਤੀ ਗੁਰੂ ਸਾਹਿਬ ਨੇ? ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲੋਸਫੀ ਨੂੰ ਸੇਫ ਰੱਖਣ ਦੀ ਜ਼ਿੰਮੇਵਾਰੀ ਕਿਹਦੀ ਆ? ਖਾਲਸਾ ਪੰਥ ਦੀ। ਖਾਲਸਾ ਪੰਥ ਦੀ। ਖਾਲਸਾ ਪੰਥ ਕੀ ਆ? ਇੱਕ ਔਰਗੇਨਾਈਜੇਸ਼ਨ ਆ, ਉਹਦੇ ਅਸੀਂ ਸਾਰੇ ਹੀ ਮੈਂਬਰ ਹਾਂ, ਆਪਾਂ ਸਾਰੇ ਹੀ ਉਹਦੇ ਮੈਂਬਰ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲੋਸਫੀ ਨੂੰ ਕਿਤੇ ਵੀ ਕੋਈ ਬੰਦਾ ਹਿੱਟ ਕਰ ਰਿਹਾ ਤਾਂ ਮੇਰਾ, ਤੁਹਾਡਾ, ਸਾਡੇ ਇਕੱਲੇ ਇਕੱਲੇ ਦਾ ਫਰਜ਼ ਆ ਵੀ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਦੀ ਫਿਲੋਸਫੀ ਦੀ ਸੇਫਟੀ ਲਈ ਕੋਸ਼ਿਸ਼ ਕਰੀਏ, ਸਰਵਾਈਵ ਕਰੀਏ ਉਹਦੇ ਲਈ, ਸਟਰਗਲ ਕਰੀਏ ਉਹਦੇ ਲਈ। ਠੀਕ ਆ ਜੀ, ਅਸੀਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਸਾਨੂੰ ਖਾਲਸਾ ਕਿਹਾ ਅਤੇ ਅਸੀਂ ਇੱਕ ਖਾਲਸਾ ਪੰਥ ਹਾਂ। ਅਸੀਂ ਇਹ ਜ਼ਿੰਮੇਵਾਰੀ ਨਿਭਾਉਣੀ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲੋਸਫੀ ਨੂੰ ਆਪ ਜੀਣਾ ਹੈ ਅਤੇ ਉਹਨੂੰ ਪ੍ਰਚਾਰਨਾ ਹੈ। ਅਤੇ ਜੇ ਕਿਧਰੋਂ ਕੋਈ ਪ੍ਰੋਬਲਮ ਕ੍ਰੀਏਟ ਕਰ ਰਿਹਾ ਇਸ ਫਿਲੋਸਫੀ ਦੇ ਅਗੇਂਸਟ, ਤਾਂ ਅਸੀਂ ਉਹਦੇ ਲਈ ਸਟਰਗਲ ਵੀ ਕਰਨਾ ਹੈ। ਠੀਕ ਆ ਨਾ, ਇਹਨੂੰ ਆਪਾਂ ਕੀ ਕਹਿੰਦੇ? ਤਾਕਤ, ਕੰਟਰੋਲ, ਪਾਵਰ। ਵੀ ਅਸੀਂ ਜਦੋਂ ਆਪਸ ਵਿੱਚ ਇਕੱਠੇ ਹੁੰਦੇ ਹਾਂ ਸਾਡੀ ਯੂਨਿਟੀ ਬਣਦੀ ਆ ਅਤੇ ਸਾਡੀ ਯੂਨਿਟੀ ਸਾਡੀ ਪਾਵਰ ਬਣ ਜਾਂਦੀ ਹੈ, ਤਾਕਤ ਬਣ ਜਾਂਦੀ ਆ। ਖੈਰ, ਗੁਰੂ ਸਾਹਿਬ ਜੀ ਇਸ ਗੱਲ ਨੂੰ ਜਾਣਦੇ ਸਨ ਵੀ ਧਰਮ ਦੀ ਰਾਖੀ ਵਾਸਤੇ ਪਾਵਰ ਦਾ ਹੋਣਾ ਬੜਾ ਜ਼ਰੂਰੀ। ਉਹਨਾਂ ਨੇ ਦੋਵੇਂ ਕੋਨਸੈਪਟ ਇੰਪਲੀਮੈਂਟ ਕੀਤੇ, ਇੱਕ ਤਾਂ ਮੀਰੀ ਦਾ, ਦੂਸਰਾ ਪੀਰੀ ਦਾ। ਇਸ ਚੀਜ਼ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ, ਹਮੇਸ਼ਾ ਹੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਰਜਿਆ, ਇੱਕ ਵੱਡਾ ਥੜਾ ਸੀ ਇਹ ਜਿਹੜੀ ਮੌਜੂਦਾ ਬਿਲਡਿੰਗ ਆ, ਇਹ ਬਾਅਦ ਵਿੱਚ ਅਕਾਲੀ ਫੂਲਾ ਸਿੰਘ ਜੀ ਨੇ ਬਣਵਾਈ ਸੀ, ਉਹਨੂੰ ਅਕਾਲ ਤਖਤ ਕਹਿੰਦੇ ਸਨ। ਗੁਰੂ ਸਾਹਿਬ ਉਹਦੇ ਉੱਤੇ ਬਿਰਾਜਦੇ ਸਨ ਅਤੇ ਸਿੱਖ ਗੁਰੂ ਸਾਹਿਬ ਨੂੰ ਕੀ ਕਹਿੰਦੇ ਸਨ? ਸੱਚਾ ਪਾਤਸ਼ਾਹ, ਸੱਚਾ ਪਾਤਸ਼ਾਹ। ਫਿਰ ਇਸ ਤੋਂ ਅੱਗੇ ਗੁਰੂ ਸਾਹਿਬ ਜੀ ਨੇ ਆਪਣੀ ਇੱਕ ਫੌਜ ਤਿਆਰ ਕੀਤੀ। ਠੀਕ ਆ, ਉਹ ਫੌਜ ਕਿੱਥੋਂ ਆਈ? ਆਪਾਂ ਕੱਲ੍ਹ ਗੱਲ ਕੀਤੀ ਸੀ ਨਾ ਵੀ ਗੁਰੂ ਅੰਗਦ ਸਾਹਿਬ ਜੀ ਨੇ ਮੱਲ ਅਖਾੜੇ ਬਣਾਏ ਸੀ, ਉਹਦੇ ਵਿੱਚੋਂ ਨੌਜਵਾਨਾਂ ਦਾ ਘੋੜ, ਕੁਸ਼ਤੀਆਂ, ਦੰਗਲ, ਯਾਨੀ ਕਿ ਉਹਨਾਂ ਨੂੰ ਫਿਜੀਕਲੀ ਫਿੱਟ ਕਰਦੇ ਸੀ। ਉਹ ਫੌਜ ਉੱਥੋਂ ਹੀ ਕ੍ਰੀਏਟ ਹੋਈ। ਗੁਰੂ ਅਰਜਨ ਸਾਹਿਬ ਜੀ ਨੇ ਘੋੜਿਆਂ ਦਾ ਵਪਾਰ ਕਰਨ ਲਈ ਕਾਬਲ ਤੱਕ ਸਿੱਖਾਂ ਨੂੰ ਭੇਜਿਆ। ਸੋ ਉਹਨਾਂ ਸਮਿਆਂ ਦੇ ਵਿੱਚ, ਅੱਜ ਤਾਂ ਸਾਡੇ ਕੋਲ ਹੋਰ ਬਹੁਤ ਸਾਧਨ, ਉਹਨਾਂ ਸਮਿਆਂ 'ਚ ਘੋੜੇ ਸਭ ਤੋਂ ਵੱਡੀ ਗੱਲ ਸੀ, ਉਹਦੇ 'ਤੇ ਹੀ ਸਿਪਾਹੀ ਸਫ਼ਰ ਕਰਦੇ ਸਨ। ਉਹ ਲੋੜ ਉੱਥੋਂ ਪੂਰੀ ਹੋ ਗਈ। ਸ਼ਸਤਰ ਵਿੱਦਿਆ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਸਿਖਾਈ, ਉਹਨਾਂ ਨੂੰ ਟ੍ਰੇਨਡ ਕੀਤਾ ਅਤੇ ਇੱਕ ਫੌਜ ਪੈਦਾ ਕਰ ਲਈ। ਉਸ ਫੌਜ ਦੇ ਵੱਖਰੇ ਵੱਖਰੇ ਭਾਈ ਬਿਧੀ ਚੰਦ ਵਰਗੇ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਪਰਾਗਾ ਜੀ, ਤੁਸੀਂ ਭਾਈ ਮਨੀ ਸਿੰਘ ਦਾ ਨਾਂ ਸੁਣਿਆ ਨਾ? ਭਾਈ ਮਨੀ ਸਿੰਘ ਦੇ ਦਾਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਕਮਾਂਡਰ ਸਨ। ਤੁਸੀਂ ਭਾਈ ਮਤੀ ਦਾਸ, ਸਤੀਦਾਸ ਜੀ ਦਾ ਨਾਂ ਜਾਣਦੇ ਹੋ ਨਾ ਸਾਰੇ? ਭਾਈ ਮਤੀ ਦਾਸ ਅਤੇ ਸਤੀ ਦਾਸ ਜੀ ਦੇ ਦਾਦਾ ਭਾਈ ਪਰਾਗਾ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਕਮਾਂਡਰ ਸਨ। ਹੁਣ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਇਹ ਸਾਰੀ ਗੱਲ ਵਾਪਰ ਰਹੀ ਆ। ਸੋ ਗੁਰੂ ਸਾਹਿਬ ਨੇ ਆਪਣੀ ਫੌਜ ਦੀ ਕਮਾਂਡ ਕਮਾਂਡਰਾਂ ਦੇ ਹਵਾਲੇ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਲਾਈਫ ਵਿੱਚ ਪੰਜ ਜੰਗਾਂ, ਚਾਰ ਵੱਡੀਆਂ ਇੱਕ ਛੋਟੀ, ਪੰਜ ਜੰਗਾਂ ਸਰਕਾਰ ਨਾਲ ਲੜੀਆਂ ਅਤੇ ਪੰਜੇ ਹੀ ਜਿੱਤ ਲਈਆਂ, ਪੰਜੇ ਜੰਗਾਂ ਹੀ ਜਿੱਤ ਲਈਆਂ। ਹੁਣ ਤੁਸੀਂ ਅੰਦਾਜ਼ਾ ਲਾਓ, ਗੁਰੂ ਸਾਹਿਬ ਨੇ, ਕਿਉਂਕਿ ਗੁਰੂ ਸਾਹਿਬ ਆਪ ਕਮਾਂਡ ਕਰਦੇ ਸਨ, ਫਿਰ ਉਹਨਾਂ ਕੋਲ ਬੜੇ ਸੁਲਝੇ ਹੋਏ ਕਮਾਂਡਰ ਸਨ, ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਲੀਡ ਕੀਤਾ ਆਪਣੀ ਫੌਜ ਨੂੰ ਵੀ ਇੱਕ ਨਵੀਂ ਪੈਦਾ ਹੋਈ ਫੌਜ ਨੇ ਇੱਕ ਪੁਰਾਣੀ ਜਿਹੜੀ ਕਿ ਬਹੁਤ ਟ੍ਰੇਨਡ ਸਟੇਟ ਦੀ ਫੌਜ ਆ ਉਹਨੂੰ ਪੰਜੇ ਵਾਰੀ ਹਰਾ ਦਿੱਤਾ, ਪੰਜੇ ਵਾਰੀ ਉਹਨੂੰ ਹਰਾ ਦਿੱਤਾ। ਇਹ ਸਾਰੀਆਂ ਘਟਨਾਵਾਂ ਗੁਰੂ ਸਾਹਿਬ ਜੀ ਦੇ ਜੀਵਨ ਵਿੱਚ ਸਾਨੂੰ ਪੜ੍ਹਨ ਵਾਸਤੇ ਮਿਲਦੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਰਾਜਪੂਤ ਰਾਜੇ ਵੀ ਆਪਣੀ ਫਰਿਆਦ ਲੈ ਕੇ ਆਉਂਦੇ ਸੀ, ਉਹਦੇ ਵਿੱਚ ਜਿਹੜੇ ਪਠਾਨ ਸੀ ਉਹ ਵੀ ਆਉਂਦੇ ਸੀ, ਕੁਝ ਧਾਰਮਿਕ ਚਰਚਾ ਡਿਬੇਟ ਕਰਨ ਵਾਲੇ ਲੋਕ ਵੀ, ਹਰ ਤਰ੍ਹਾਂ ਦੇ ਲੋਕ ਗੁਰੂ ਸਾਹਿਬ ਦੇ ਦਰਬਾਰ 'ਚ ਆਉਂਦੇ ਸੀ। ਤੁਸੀਂ ਢਾਡੀ ਸਿੰਘਾਂ ਨੂੰ ਸੁਣਦੇ ਹੋ ਕਦੇ?
ਢਾਡੀ ਜਥਾ ਜਿਹੜਾ ਹੁੰਦਾ ਤੁਸੀਂ ਕਦੇ ਸੁਣਿਆ ਹੋਵੇ ਜਾਂ ਕਿਸ ਤਰ੍ਹਾਂ, ਇਹ ਇਹ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਟਾਰਟ ਕੀਤੀ, ਕਿਉਂਕਿ ਵੀਰ ਰਸ ਸਪਿਰਟ ਪੈਦਾ ਕਰਨ ਵਾਸਤੇ ਬਹੁਤ ਸਾਰੀਆਂ ਐਸੇ ਸੂਰਮਿਆਂ ਦੀਆਂ ਯੋਧਿਆਂ ਦੀਆਂ ਕਹਾਣੀਆਂ ਗੱਲਾਂ ਲੋਕਾਂ ਨਾਲ ਸ਼ੇਅਰ ਕਰਨੀਆਂ, ਇਹ ਗੁਰੂ ਸਾਹਿਬ ਜੀ ਨੇ ਢਾਡੀ ਕਲਾ ਰਾਹੀਂ ਸ਼ੁਰੂ ਕੀਤਾ। ਤੋ ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਕੇਂਦਰ ਕੀਰਤਪੁਰ ਨੂੰ ਬਣਾਇਆ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਚਾਰ ਕਰਨ ਵਾਸਤੇ ਫਿਰ ਨਵੇਂ ਸਬ ਸੈਂਟਰ ਹੋਰ ਅੱਗੇ ਪੈਦਾ ਕੀਤੇ, ਯਾਨੀ ਕਿ ਉਹ ਜਿੱਥੇ ਉਹਨਾਂ ਨੇ ਸਿੱਖਾਂ ਦੇ ਅੰਦਰ ਇੱਕ ਤਾਕਤ ਦਾ, ਸਿਪਾਹੀ ਹੋਣ ਦਾ ਜਜ਼ਬਾ ਪੈਦਾ ਕੀਤਾ, ਉੱਥੇ ਨਾਲ ਧਰਮ ਪ੍ਰਚਾਰ ਵਾਲੇ ਪਾਸੇ ਵੀ ਉਹਨਾਂ ਨੇ। ਹੁਣ ਵੇਖੋ ਨਾ, ਭਾਈ ਵਿਧੀ ਚੰਦ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਜਦੋਂ ਤੁਸੀਂ ਨਾਂ ਸੁਣਿਆ ਨਾ ਭਾਈ ਵਿਧੀ ਚੰਦ ਜੀ ਦਾ, ਭਾਈ ਵਿਧੀ ਚੰਦ ਜੀ ਗੁਰੂ ਸਾਹਿਬ ਦੀ ਫੌਜ ਦੇ ਕਮਾਂਡਰ ਵੀ ਸਨ, ਤੇ ਜਦੋਂ ਵਿਹਲੇ ਹੁੰਦੇ ਸਨ ਉਹ ਧਰਮ ਪ੍ਰਚਾਰ ਕਰਨ ਵੀ ਦੂਰ ਦਰੇਡੇ ਜਾਂਦੇ ਸਨ। ਇਹ ਚੀਜ਼ਾਂ ਬਹੁਤ ਘੱਟ ਜਗ੍ਹਾ ਤੇ ਮਿਲਦੀਆਂ ਨੇ ਵੀ ਫੌਜ ਦੇ ਕਮਾਂਡਰ ਵੀ ਧਰਮ ਪ੍ਰਚਾਰ ਕਰਦੇ ਹੋਣ, ਤੇ ਆਮ ਲੋਕਾਂ 'ਚ ਵਿਚਰ ਕੇ ਉਹ ਧਰਮ ਪ੍ਰਚਾਰ ਵੀ ਕਰਦੇ ਹੋਣ। ਜਦੋਂ ਕੋਈ ਇਹੋ ਜਿਹਾ ਸਮਾਂ ਐਮਰਜੈਂਸੀ ਦਾ ਬਣ ਜਾਏ ਤੇ ਉਹ ਫਿਰ ਆਪਣੀ ਫੌਜੀ ਟੁਕੜੀ ਦੇ ਨਾਲ, ਆਪਣੀ ਪਲਟਲ ਦੇ ਨਾਲ ਮੈਦਾਨੇ ਜੰਗ ਵਿੱਚ ਵੀ, ਲੜਾਈ ਦੇ ਵਿੱਚ ਵੀ ਹਿੱਸਾ ਲੈਂਦੇ ਹੋਣ। ਸੋ ਆਪਾਂ ਅੱਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਪੜ੍ਹਿਆ। ਆਪਣੀ ਇੱਕ ਕਲਾਸ ਗੁਰ ਇਤਿਹਾਸ ਦੀ ਹੋਰ ਲੱਗੂਗੀ, ਉਹਦੇ 'ਚ ਆਪਾਂ ਅੱਗੇ ਗੁਰੂ ਸਾਹਿਬ ਜੀ ਦੀ ਹਿਸਟਰੀ ਜਿਹੜੀ ਆ ਉਹਦੀਆਂ ਕੁਝ ਬੇਸਿਕ ਗੱਲਾਂ ਆਪਸ ਵਿੱਚ ਸ਼ੇਅਰ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।